ਵਿਵਾਨ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਕਲਾਸ 12th ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ ਵੈਲਕਮ ਲਾਈਫ ਤੇ ਉਹਦਾ ਚੌਥਾ ਚੈਪਟਰ ਮੀਨਿੰਗਫੁਲ ਇੰਪੈਕਟ ਆਫ ਗਰੁੱਪ ਕੋਆਪਰੇਸ਼ਨ ਐਂਡ ਲੀਡਰਸ਼ਿਪ। ਯਾਨੀ ਕਿ ਜਦ ਲੀਡਰਸ਼ਿਪ ਹੁੰਦੀ ਹੈ ਗਰੁੱਪ ਦੇ ਵਿੱਚ, ਇੱਕ ਸਮੂਹ ਦੇ ਵਿੱਚ ਤੇ ਆਪਸ ਦੇ ਵਿੱਚ ਤਾਲਮੇਲ ਹੁੰਦਾ ਹੈ, ਉਹਦਾ ਕੀ ਅਸਰ ਹੁੰਦਾ ਹੈ। ਇਸ ਚੈਪਟਰ ਦੇ ਆਬਜੈਕਟਿਵਸ ਕੀ ਨੇ? ਨੰਬਰ 1, ਟੂ ਪ੍ਰਮੋਟ ਮਿਊਚੁਅਲ ਕੋਆਪਰੇਸ਼ਨ ਇਨ ਦਾ ਗਰੁੱਪ, ਸਮੂਹ ਦੇ ਵਿੱਚ ਆਪਸੀ ਸਹਿਯੋਗ ਨੂੰ ਹੋਰ ਉਤਸ਼ਾਹਿਤ ਕਰਨਾ। ਸੈਕਿੰਡ, ਟੂ ਕ੍ਰੀਏਟ ਪੋਜ਼ਿਟਿਵ ਇੰਪੈਕਟ ਇਨ ਸਟੂਡੈਂਟਸ ਥਰੂ ਮੀਨਿੰਗਫੁਲ ਲੀਡਰਸ਼ਿਪ ਇਨ ਦਾ ਗਰੁੱਪ। ਯਾਨੀ ਬੱਚਿਆਂ ਦੇ ਉੱਤੇ ਕੀ ਅਸਰ ਹੁੰਦਾ ਹੈ ਚੰਗੀ ਲੀਡਰਸ਼ਿਪ ਦਾ, ਉਹਦਾ ਇੰਪੈਕਟ ਜਿਹੜਾ, ਉਹਦਾ ਅਸਰ ਜਿਹੜਾ ਹੈ ਉਹ ਪਾਣਾ। ਥਰਡ, ਟੂ ਕ੍ਰੀਏਟ ਅਵੇਅਰਨੈਸ ਇਨ ਦਾ ਗਰੁੱਪ ਟੂ ਸਟੈਂਡ ਅਪ ਅਗੇਂਸਟ ਵਾਇਲੈਂਸ। ਤੇ ਬੱਚਿਆਂ ਦੇ ਵਿੱਚ ਇਹ ਚੀਜ਼ ਜਾਗਰੂਕਤਾ ਪੈਦਾ ਕਰਨਾ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਵਾਇਲੈਂਸ ਫੇਸ ਕਰਨਾ ਪੈ ਰਿਹਾ, ਹੰਕਾਰ ਫੇਸ ਕਰਨਾ ਪੈ ਰਿਹਾ, ਤਾਂ ਉਸਦੇ ਖਿਲਾਫ ਉਹ ਆਪਣੀ ਆਵਾਜ਼ ਚੁੱਕਣ। ਇੱਥੇ ਲਿਖਿਆ, ਆਲ ਦੀਸ ਪ੍ਰੋਡਿਊਸ ਮਿਊਜ਼ਿਕ ਥਰੂ ਮਿਊਚੁਅਲ ਕੋਆਪਰੇਸ਼ਨ। ਇਹ ਸਾਰੇ ਦੇ ਸਾਰੇ ਜਿੰਨੇ ਮਿਊਜ਼ੀਕਲ ਇੰਸਟਰੂਮੈਂਟਸ ਨੇ, ਆਪਸੀ ਸਹਿਯੋਗ ਰਾਹੀਂ ਹੀ ਇੱਕ ਵਧੀਆ ਸੰਗੀਤ ਪੈਦਾ ਕਰਦੇ ਨੇ ਨਾ। ਜੇ ਆਪਸ ਦੇ ਵਿੱਚ ਕੋਆਪਰੇਸ਼ਨ ਹੀ ਨਹੀਂ ਹੋਏਗੀ ਤਾਂ ਜਿਹੜਾ ਮਿਊਜ਼ਿਕ ਆਏਗਾ ਉਹ ਬੜਾ ਬੇਸਵਾਦੀ ਜਾਂ ਬੇਸੁਰਾ ਜਿਹਾ ਆਏਗਾ। ਦ ਲਾਈਫ ਆਫ ਦ ਸਟੂਡੈਂਟਸ ਇਨ ਦ ਸਕੂਲ ਇਜ਼ ਸੱਚ ਦੈਟ ਦੇ ਕੌਨਸ਼ੀਅਸਲੀ ਔਰ ਸਬਕੌਨਸ਼ੀਅਸਲੀ ਐਕਸੈਪਟ ਦ ਇਨਫਲੂਐਂਸ ਆਫ ਅਦਰ ਸਟੂਡੈਂਟਸ ਇਨ ਦੇਅਰ ਕਲਾਸਿਸ ਵਿਚ ਕੈਨ ਬੀ ਬੋਥ ਨੈਗੇਟਿਵ ਐਂਡ ਪੋਜ਼ਿਟਿਵ। ਹੁਣ ਸਕੂਲ ਵਿੱਚ ਵਿਦਿਆਰਥੀ ਦਾ ਜੀਵਨ ਅਜਿਹਾ ਹੁੰਦਾ ਹੈ ਕਿ ਉਹ ਉਚੇਚੇ ਜਾਂ ਅਉਚੇਚੇ ਸਹੀ ਤਰੀਕੇ ਦੇ ਨਾਲ ਜਾਂ ਨਾ ਹੋਏ ਸਹੀ ਤਰੀਕਾ ਉਹਦੇ ਰਾਹੀਂ ਆਪਣੀ ਜਿਹੜੀ ਜਮਾਤ ਦੇ ਦੂਜੇ ਵਿਦਿਆਰਥੀ ਹੁੰਦੇ ਨੇ ਉਹਨਾਂ ਦਾ ਪ੍ਰਭਾਵ ਆਪਣੇ ਉੱਤੇ ਪੈਣ ਦਿੰਦਾ। ਉਹ ਜਿਹੜਾ ਪ੍ਰਭਾਵ ਦੂਜਿਆਂ ਦਾ ਸਾਡੇ ਉੱਤੇ ਪੈ ਰਿਹਾ ਉਹ ਪੋਜ਼ਿਟਿਵ ਵੀ ਹੋ ਸਕਦਾ, ਵਧੀਆ ਵੀ ਹੋ ਸਕਦਾ, ਨੈਗੇਟਿਵ ਵੀ ਹੋ ਸਕਦਾ, ਘਟੀਆ ਵੀ ਹੋ ਸਕਦਾ, ਜੋ ਵਧੀਆ ਨਾ ਹੋਏ। The activities of this lesson are related to avoidance of mass violence. ਇਸ ਪਾਠ ਦੀਆਂ ਜਿਹੜੀਆਂ ਗਤੀਵਿਧੀਆਂ ਹੈਗੀਆਂ ਨੇ ਉਹ ਸਮੂਹਿਕ ਜਿਹੜੀ ਹਿੰਸਾ ਹੁੰਦੀ ਹੈ ਉਹ ਉਸ ਤੋਂ ਕਿਵੇਂ ਬਚਣਾ ਉਹ ਸਿਖਾਏਗੀ। ਅਵੋਇਡਿੰਗ ਬੁਲਿੰਗ, ਯਾਨੀ ਕਿਸੇ ਨੂੰ ਜੇ ਆਪਾਂ ਪਰੇਸ਼ਾਨ ਕਰਦੇ ਹਾਂ, ਕੋਈ ਨਵਾਂ ਬੰਦਾ ਹੁੰਦਾ ਆਪਾਂ ਗਰੁੱਪ ਬਣਾ ਕੇ ਉਹਨੂੰ ਤੰਗ ਕਰਦੇ ਹਾਂ, ਉਹਦੇ ਬਾਰੇ ਜਾਗਰੂਕ ਕਰੇਗੀ। ਹੈਵਿੰਗ ਗੁੱਡ ਕੰਪਨੀ, ਚੰਗੀ ਸੰਗਤ ਰੱਖਣਾ। ਨੋਟ ਡੂਇੰਗ ਐਨੀ ਵਰਕ ਅੰਡਰ ਪ੍ਰੈਸ਼ਰ, ਤੇ ਦਬਾਅ ਵਿੱਚ ਆ ਕੇ ਕੋਈ ਕੰਮ ਨਾ ਕਰਨਾ। ਐਂਡ ਟੇਕਿੰਗ ਇਨੀਸ਼ੀਏਟਿਵ ਟੁਵਰਡਸ ਮਿਊਚੁਅਲ ਕੋਆਪਰੇਸ਼ਨ। ਇੱਥੇ ਕੋਆਪਰੇਸ਼ਨ ਦੇ ਸਪੈਲਿੰਗ ਗਲਤ ਹੈਗੇ ਨੇ, ਇਹ ਸਹੀ ਹੈਗੇ ਨੇ। ਤੇ ਆਪਾਂ ਉਹ ਸਟੈਪਸ ਚੱਕੀਏ ਜਿਹੜੇ ਕਿ ਸਾਨੂੰ ਮਿਊਚੁਅਲ ਕੋਆਪਰੇਸ਼ਨ ਦੇ ਵੱਲ ਲੈ ਕੇ ਜਾਂਦੇ ਨੇ, ਆਪਸੀ ਸਹਿਯੋਗ ਦੇ ਵੱਲ ਲੈ ਕੇ ਜਾਂਦੇ ਨੇ। ਇਨ ਦਿਸ ਲੈਸਨ The student peer group is mainly taken as an example for ideal peer group. ਇਸ ਪਾਠ ਦੇ ਵਿੱਚ ਉਦਾਹਰਨ ਦੇ ਤੌਰ ਤੇ ਜਿਹੜਾ ਗਰੁੱਪ ਲਿਆ ਗਿਆ ਹੈ ਉਹ ਹੈਗਾ ਬੱਚਿਆਂ ਦਾ ਗਰੁੱਪ, ਤੇ ਉਦਾਹਰਨ ਦੇ ਲਈ ਸਾਨੂੰ ਉਹੀ ਹੁਣ ਸਮਝ ਕੇ ਅੱਗੇ ਵਧਣਾ। ਇੱਥੇ ਰੋਲ ਪਲੇ ਦਿੱਤਾ ਹੋਇਆ। ਐਕਟੀਵਿਟੀ 1, ਸਟੂਡੈਂਟਸ ਵਿਲ ਡੂ ਦਿਸ ਰੋਲ ਪਲੇ ਇਨ ਦ ਕਲਾਸ ਇਨ ਕੋਲੈਬੋਰੇਸ਼ਨ ਵਿਦ ਦੇਅਰ ਟੀਚਰ। ਇਹ ਜਿਹੜੀ ਗਤੀਵਿਧੀ ਦਿੱਤੀ ਹੋਈ ਹੈ ਇਹ ਬੱਚੇ ਰੋਲ ਪਲੇ ਕਰਨਗੇ, ਇੱਕ ਇੱਕ ਰੋਲ ਲੈਣਗੇ ਆਪਣੇ ਅਧਿਆਪਕ ਦੀ ਮਦਦ ਦੇ ਨਾਲ। ਸਟੂਡੈਂਟਸ ਵਿਲ ਬੀ ਡਿਵਾਈਡਿਡ ਇੰਟੂ 2 ਗਰੁੱਪਸ, ਬੱਚਿਆਂ ਨੂੰ 2 ਹਿੱਸਿਆਂ ਦੇ ਵਿੱਚ, ਗਰੁੱਪਸ ਦੇ ਵਿੱਚ ਵੰਡਿਆ ਜਾਏਗਾ। ਆਫਟਰ ਪਲੇਇੰਗ ਦੇਅਰ ਰਿਸਪੈਕਟਿਵ ਰੋਲਸ ਬੋਥ ਦ ਗਰੁੱਪਸ ਆਫ ਦ ਕਲਾਸ ਵਿਲ ਅਡੋਪਟ ਦ ਮੈਥਡ ਆਫ ਕਮਿਊਨੀਕੇਸ਼ਨ ਐਂਡ ਆਨਸਰ ਦ ਕੁਐਸਚਨਸ ਇਨਵੋਲਵਡ। ਇਹ ਰੋਲ ਪਲੇ ਕਰਨ ਤੋਂ ਬਾਅਦ, ਆਪਣਾ ਆਪਣਾ ਜਿਹੜਾ ਰੋਲ ਹੈ ਉਹ ਨਿਭਾਉਣ ਤੋਂ ਬਾਅਦ ਕਲਾਸ ਦੇ ਜਿਹੜੇ ਦੋਵੇਂ ਗਰੁੱਪ ਹੈਗੇ ਨੇ ਉਹ ਬੈਠ ਕੇ ਵਿਚਾਰ ਕਰਨਗੇ, ਇੱਕ ਦੂਜੇ ਨਾਲ ਗੱਲਬਾਤ ਕਰਨਗੇ ਤੇ ਕੁਝ ਸਵਾਲਾਂ ਦੇ ਜਵਾਬ ਦੇਣਗੇ। ਅੰਡਰ ਦੀ ਗਾਈਡੈਂਸ ਆਫ ਦੇ ਟੀਚਰ ਦ ਸਟੂਡੈਂਟਸ ਵਿਲ ਪਰਫੋਰਮ ਅ ਰੋਲ ਪਲੇ ਰਿਲੇਟਡ ਟੂ ਦ ਮੀਨਿੰਗਫੁਲ ਇਫੈਕਟਸ ਆਫ ਕੋਆਪਰੇਸ਼ਨ ਐਂਡ ਲੀਡਰਸ਼ਿਪ। ਆਪਣੇ ਅਧਿਆਪਕ ਦੀ ਅਗਵਾਈ ਹੇਠ ਵਿਦਿਆਰਥੀ ਸਹਿਯੋਗ ਕਿਵੇਂ ਕਰਨਾ ਹੈ, ਕੋਆਪਰੇਸ਼ਨ ਤੇ ਲੀਡਰਸ਼ਿਪ ਦੇ ਤਹਿਤ, ਇਸ ਸਬਜੈਕਟ ਦੇ ਤਹਿਤ ਇੱਕ ਰੋਲ ਪਲੇ ਜਿਹੜਾ ਹੈ ਉਹ ਨਿਭਾਣਗੇ। ਦ ਸਟੂਡੈਂਟਸ ਵਿਲ ਪਲੇ ਦ ਰੋਲ ਆਫ ਟੀਚਰਸ, ਤੇ ਬੱਚੇ ਜਿਹੜੇ ਹੈਗੇ ਨੇ ਉਹ ਅਧਿਆਪਕ ਦੀ ਭੂਮਿਕਾ ਵੀ ਨਿਭਾਉਣਗੇ। ਦ ਟੀਚਰਸ ਕੈਨ ਆਲਸੋ ਬੀ ਅ ਪਾਰਟ ਆਫ ਦਿਸ ਪਲੇ ਇਫ ਦੇ ਵਿਸ਼, ਤੇ ਅਧਿਆਪਕ ਜੇ ਚਾਹਣ ਉਹ ਵੀ ਇਸ ਸਹਿਯੋਗ ਦੇ ਸਕਦੇ ਨੇ, ਇਸ ਰੋਲ ਪਲੇ ਦੇ ਵਿੱਚ ਹਿੱਸਾ ਲੈ ਸਕਦੇ ਨੇ। ਸਭ ਤੋਂ ਪਹਿਲਾਂ ਟੀਚਰ ਮਨਿੰਦਰ, ਵਾਈ ਆਰ ਯੂ ਸਿਟਿੰਗ ਸੋ ਕੁਆਇਟਲੀ, ਅਧਿਆਪਕ ਪੁੱਛਦੇ ਨੇ ਵੀ ਮਨਿੰਦਰ ਤੂੰ ਚੁੱਪ ਕਿਉਂ ਬੈਠਾ।
child bows further down and remains silent. ਤੇ ਜਿਹੜਾ ਬੱਚਾ ਹੈਗਾ ਉਹ ਹੋਰ ਝੁਕ ਜਾਂਦਾ ਹੈ ਤੇ ਚੁੱਪ ਕਰ ਜਾਂਦਾ, ਜਿਵੇਂ ਆਪਾਂ ਸਿਰ ਝੁਕਾ ਕੇ ਨਹੀਂ ਬੈਠੇ ਹੁੰਦੇ ਉਵੇਂ। First student, sir, he didn't even come to school yesterday. ਤੇ ਪਹਿਲਾ ਬੱਚਾ ਕਹਿੰਦਾ ਹੈ ਕਿ ਸਰ ਇਹ ਤਾਂ ਕੱਲ ਵੀ ਸਕੂਲ ਨਹੀਂ ਆਇਆ ਸੀ। He squabbled with his parents for a bullet motorcycle, saying that his friends have bullet motorcycle. ਤੇ ਇਸਨੇ ਆਪਣੇ ਮਾਤਾ ਪਿਤਾ ਦੇ ਨਾਲ ਲੜਾਈ ਕੀਤੀ ਤੇ ਉਹਨਾਂ ਤੋਂ ਮੰਗ ਕੀਤੀ ਵੀ ਮੈਨੂੰ ਵੀ ਇੱਕ ਬੁਲੇਟ ਮੋਟਰਸਾਈਕਲ ਲੈ ਕੇ ਦਿਓ। ਕਿਉਂ? ਕਿਉਂਕਿ ਮੇਰੇ ਜਿਹੜੇ ਦੋਸਤ ਹੈਗੇ ਨੇ ਉਹਨਾਂ ਕੋਲ ਵੀ ਇਹ ਮੋਟਰਸਾਈਕਲ ਹੈਗਾ ਤੇ ਮੈਨੂੰ ਵੀ ਚਾਹੀਦਾ। ਤੇ ਸਕੁਐਂਬਲ ਦਾ ਮਤਲਬ ਹੁੰਦਾ ਜਿਵੇਂ ਆਪਾਂ ਝੜਪ ਕਰ ਲਈਏ, ਠੀਕ ਹੈ ਨਾ, ਉਸ ਮੁੱਦੇ ਤੇ ਝੜਪ ਕਰ ਲਈਏ ਜਿਹੜਾ ਕਿ ਜ਼ਰੂਰੀ ਹੈ ਹੀ ਨਹੀਂ, ਇੰਪੋਰਟੈਂਟ ਹੀ ਨਹੀਂ ਹੈ। ਐਂਡ ਆਲ ਆਫ ਦੈਮ ਮੇਕ ਫਨ ਆਫ ਹਿਮ। ਤੇ ਇਹਨੇ ਜਾ ਕੇ ਆਪਣੇ ਮਾਪਿਆਂ ਨੂੰ ਕਿਹਾ ਵੀ ਮੈਨੂੰ ਮੋਟਰਸਾਈਕਲ ਦਿਵਾਓ, ਸਾਰਿਆਂ ਕੋਲ ਹੈਗਾ ਤੇ ਉਹ ਸਾਰੇ ਜਿਹੜੇ ਮੋਟਰਸਾਈਕਲ ਤੇ ਆਉਂਦੇ ਨੇ ਮੇਰਾ ਮਜ਼ਾਕ ਉਡਾਉਂਦੇ ਨੇ। ਹੀ ਇਵਨ ਥ੍ਰੈਟਨ ਨਾਟ ਟੂ ਗੋ ਟੂ ਸਕੂਲ ਔਰ ਰਨ ਅਵੇ ਫਰਮ ਹੋਮ ਇਫ ਦੇ ਡਿਡ ਨਾਟ ਬਾਏ ਹਿਮ ਦ ਮੋਟਰਸਾਈਕਲ। ਤੇ ਇਹਨੇ ਧਮਕੀ ਵੀ ਦਿੱਤੀ ਵੀ ਮੈਨੂੰ ਜੇ ਮੋਟਰਸਾਈਕਲ ਨਹੀਂ ਦਿਵਾਓਗੇ ਮੈਂ ਸਕੂਲ ਨਹੀਂ ਜਾਵਾਂਗਾ ਤੇ ਘਰ ਤੋਂ ਭੱਜ ਜਾਵਾਂਗਾ। ਸਰ ਹਿਸ ਪੇਰੈਂਟਸ ਆਰ ਵੈਰੀ ਅਪਸੈਟ। ਸਰ ਇਹਦੇ ਮਾਪੇ ਜਿਹੜੇ ਨੇ ਉਹ ਬਹੁਤ ਉਦਾਸ ਨੇ, ਬਹੁਤ ਪਰੇਸ਼ਾਨ ਨੇ। ਵੀ ਆਲਸੋ ਟ੍ਰਾਈਡ ਆਰ ਬੈਸਟ ਟੂ ਮੇਕ ਹਿਮ ਅੰਡਰਸਟੈਂਡ ਦੈਟ ਸੱਚ ਬੋਇਜ਼ ਹੂ ਕੌਜ਼ ਅਦਰਸ ਮੈਂਟਲ ਹਰਾਸਮੈਂਟ ਔਰ ਟ੍ਰਬਲ ਦੇਅਰ ਪੇਰੈਂਟਸ ਕੈਨ ਨਾਟ ਬੀ ਗੁੱਡ ਫਰੈਂਡਸ। ਤੇ ਸਰ ਅਸੀਂ ਇਹਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਆਪਣਾ ਪੂਰਾ ਜੋਰ ਲਾਇਆ ਵੀ ਉਹ ਮੁੰਡੇ ਜਿਹੜੇ ਕਿ ਤੈਨੂੰ ਮਜ਼ਾਕ ਉਡਾ ਕੇ ਤੇਰਾ ਮਖੌਲ ਉਡਾਉਂਦੇ ਨੇ, ਤੈਨੂੰ ਤੰਗ ਕਰਦੇ ਨੇ ਜਾਂ ਤੈਨੂੰ ਕਹਿੰਦੇ ਨੇ ਵੀ ਆਪਣੇ ਪੇਰੈਂਟਸ ਨੂੰ ਮਾਪਿਆਂ ਨੂੰ ਜਾ ਕੇ ਦੁਖੀ ਕਰ ਤੇ ਉਹਨਾਂ ਤੋਂ ਵੱਖ ਵੱਖ ਚੀਜ਼ਾਂ ਮੰਗ ਜਿਹੜੀਆਂ ਮਹਿੰਗੀਆਂ ਹੈਗੀਆਂ ਨੇ ਜਿਨ੍ਹਾਂ ਦੀ ਲੋੜ ਹੀ ਨਹੀਂ ਹੈ, ਉਹ ਤੇਰੇ ਸੱਚੇ ਦੋਸਤ ਥੋੜੀ ਨੇ। ਸੋ ਵਟ ਇਫ ਯੂਅਰ ਪੇਰੈਂਟਸ ਕੈਨ ਨਾਟ ਅਫੋਰਡ ਇਟ? ਤੇ ਕੀ ਗੱਲ ਹੋ ਗਈ ਜੇ ਮਾਪੇ ਉਹ ਚੀਜ਼ ਨਹੀਂ ਦਵਾ ਸਕਦੇ? You can buy it with your hard earned money later on. ਤੂੰ ਆਪੇ ਪੈਸੇ ਕਮਾ ਕੇ ਆਪਣੀ ਮਿਹਨਤ ਦੇ ਨਾਲ ਉਹ ਚੀਜ਼ ਨੂੰ ਖਰੀਦ ਲਈ ਬਾਅਦ 'ਚ ਜਦ ਨੌਕਰੀ ਲੱਗੂਗੀ। What sort of issue is this? ਇਹ ਮੁੱਦਾ ਹੀ ਕਿਹੋ ਜਿਹਾ, ਕਿਸ ਕਿਸਮ ਦਾ ਮੁੱਦਾ ਹੈ? As it is, bullet motorcycle is not required for excelling in studies. ਤੇ ਪੜ੍ਹਾਈ ਲਿਖਾਈ 'ਚ ਅੱਗੇ ਵਧਣ ਲਈ ਸਾਨੂੰ ਬੁਲੇਟ ਮੋਟਰਸਾਈਕਲ ਦੀ ਥੋੜ੍ਹੀ ਲੋੜ ਹੈਗੀ ਹੈ, ਇਹ ਤਾਂ ਲੋੜ ਤੋਂ ਬਾਹਰ ਹੀ ਹੈ, ਮਤਲਬ ਸਾਨੂੰ ਬੱਚਿਆਂ ਨੂੰ ਥੋੜ੍ਹੀ ਇਹ ਚਾਹੀਦਾ ਹੁੰਦਾ। A student, फिर एक बच्चा बोलता है, सर यू नो ऑल द स्टूडेंट्स ऑफ माई क्लास यूज टू मेक फन ऑफ मी एंड कॉल्ड मी हे शॉर्टी, हे फैटी, हे ब्लैकी एंड मेनी मोर। तो एक और बच्चा कहता है भी सर की थानू पता है ਵੀ ਮੇਰੀ ਕਲਾਸ ਦੇ ਸਾਰੇ ਵਿਦਿਆਰਥੀ ਮੇਰਾ ਮਜ਼ਾਕ ਉਡਾਉਂਦੇ ਸੀ, ਮੈਨੂੰ ਵੱਖ ਵੱਖ ਨਾਮਾਂ ਤੋਂ ਬੁਲਾਉਂਦੇ ਸੀ, ਇਹ ਛੋਟੇ, ਇਹ ਮੋਟੇ, ਇਹ ਕਾਲੇ, ਕੁਛ ਕੁਛ ਹੋਰ ਕਹਿ ਕੇ ਬੁਲਾਉਂਦੇ ਸੀ। I would get very angry in the beginning. ਤੇ ਸ਼ੁਰੂਆਤ ਦੇ ਵਿੱਚ ਮੈਨੂੰ ਬਹੁਤ ਗੁੱਸਾ ਆਉਂਦਾ ਸੀ। I even used to fight. ਤੇ ਮੈਂ ਲੜ ਵੀ ਪੈਂਦਾ ਸੀ ਉਹਨਾਂ ਨਾਲ। Sir, when you called me to the lab last year and explained to me, ਪਰ ਸਰ ਜਦ ਤੁਸੀਂ ਪਿਛਲੇ ਸਾਲ ਮੈਨੂੰ ਲੈਬ ਦੇ ਵਿੱਚ ਬੁਲਾਇਆ ਸੀ ਤੇ ਮੈਨੂੰ ਸਮਝਾਇਆ ਸੀ, the more you get angry, the more they will tease you. There is only one solution. You don't get angry and they will stop harassing. ਤੁਸੀਂ ਇਹ ਸਮਝਾਇਆ ਸੀ ਵੀ ਜਿੰਨਾ ਜ਼ਿਆਦਾ ਤੁਸੀਂ ਗੁੱਸਾ ਹੋਵੋਗੇ ਉਨਾ ਜ਼ਿਆਦਾ ਉਹ ਤੁਹਾਨੂੰ ਛੇੜਨਗੇ, ਤੇ ਜੇ ਤੁਸੀਂ ਗੁੱਸਾ ਹੋਣਾ ਛੱਡ ਹੀ ਦੇਵੋਗੇ ਤੇ ਉਹ ਵੀ ਤੁਹਾਨੂੰ ਤੰਗ ਕਰਨਾ ਛੱਡ ਦੇਣਗੇ, ਬਿਕੋਜ਼ ਉਹਨਾਂ ਨੂੰ ਮੁੱਦਾ ਹੀ ਨਹੀਂ ਮਿਲੂਗਾ ਵੀ ਤੰਗ ਕਰੀਏ ਤਾਂ ਕਿਸ ਚੀਜ਼ ਤੇ ਕਰੀਏ। ਆਈ ਟੁੱਕ ਯੋਰ ਵਰਡ ਫੋਰ ਇਟ, ਤੇ ਮੈਂ ਤੁਹਾਡੀ ਸਲਾਹ ਜਿਹੜੀ ਸੀ ਉਹਨੂੰ ਸਮਝਿਆ, ਉਹਨੂੰ ਮੰਨ ਲਿਆ। ਆਈ ਡਿਡਨਟ ਪੇ ਅਟੈਂਸ਼ਨ ਟੂ ਵਾਟ ਦੇ ਸੈਡ, ਤੇ ਮੈਂ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਵੀ ਉਹ ਕੀ ਕਹਿ ਰਹੇ ਨੇ, ਕੀ ਕਹਿੰਦੇ ਨੇ। ਵੈਨ ਸਮਵਨ ਸਪੋਕ ਕਾਈਂਡਲੀ, ਆਈ ਵੁੱਡ ਲਿਸਨ ਟੂ ਦੈਮ ਇੰਟੈਂਟਲੀ, ਤੇ ਜੇਕਰ ਕੋਈ ਨਿਮਰਤਾ ਦੇ ਨਾਲ ਪਿਆਰ ਨਾਲ ਬੋਲਦਾ ਤਾਂ ਮੈਂ ਉਹਨੂੰ ਬਹੁਤ ਧਿਆਨ ਨਾਲ ਸੁਣਦਾ, ਇੰਟੈਂਟਲੀ ਯਾਨੀ ਧਿਆਨ ਨਾਲ। ਆਫਟਰ ਅ ਵਾਈਲ ਦੇ ਸਟਾਪ ਟੀਜ਼ਿੰਗ ਮੀ ਔਨ ਦੇਅਰ ਓਨ, ਤੇ ਕੁਛ ਦੇਰ ਬਾਅਦ ਉਹਨਾਂ ਨੇ ਆਪਣੇ ਆਪ ਮੈਨੂੰ ਛੇੜਨਾ ਬਿਲਕੁਲ ਬੰਦ ਕਰ ਦਿੱਤਾ ਸੀ। What would they have lost had I left the school? ਉਹਨਾਂ ਦਾ ਕੀ ਜਾਣਾ ਸੀ ਜੇ ਮੈਂ ਸੋਚ ਦਿੰਦਾ ਵੀ ਚਲੋ ਮੈਂ ਹੁਣ ਸਕੂਲ ਜਾਣਾ ਹੀ ਨਹੀਂ ਕਿਉਂਕਿ ਮੈਨੂੰ ਤੰਗ ਕਰਦੇ ਨੇ? ਉਹਨਾਂ ਦਾ ਥੋੜਾ ਕੁਝ ਜਾਣਾ ਸੀ, ਉਹਨਾਂ ਨੇ ਤਾਂ ਦੂਜਾ ਸ਼ਿਕਾਰ ਲੱਭ ਲੈਣਾ ਸੀ। The loss would have been just my, ਨੁਕਸਾਨ ਤਾਂ ਸਿਰਫ ਮੇਰਾ ਹੋਣਾ ਸੀ ਨਾ, ਮੈਂ ਆਪਣੇ ਦੋਸਤ ਗਵਾ ਦੇਣੇ ਸੀ, ਆਪਣੇ ਟੀਚਰ ਗਵਾ ਦੇਣੇ ਸੀ ਜਿਹੜੇ ਮੈਨੂੰ ਇੰਨਾ ਸਾਥ ਦਿੰਦੇ ਨੇ, ਮੇਰਾ ਸਹਿਯੋਗ ਕਰਦੇ ਨੇ। ਟੀਚਰ ਮਨਿੰਦਰ,
These children are also your classmates. ते टीचर कहंदे ने भी मनिंदर ये बच्चे भी तेरे नाल दे बच्चे ने जमाती ने। Look what good things they say. देखो ये किनिया चंगियां गल्लां कर रहे ने। How good it would be if we could distance ourselves from bad companions and come closer to these wise classmates. भी किन्ना वधिया होएगा जे असी अपने माड़े साथियों तो दूर हो जावांगे ते ये जेड़े वधिया सहपाठी हैगे ने इन्हां नू अपने दोस्त बनावांगे जेड़े वधिया वधिया गल्लां करदे ने। आई वुड एडवाइज यू टू लेट योर फ्रेंड्स मीट योर गुड क्लासमेट्स। ते मैं तां ये कहांगा या कहांगी भी तुसी अपने जेड़े दूजे दोस्त ने उन्हां नू कहो भी मेरे वधिया क्लासमेट्स ने जेड़ी चंगियां गल्लां करदे ने उन्हां नू आके मिलो। डियर मनिंदर, प्लीज टेल मी हाउ मेनी फ्रेंड्स ऑफ योर्स हैव बुलेट मोटरसाइकिल। ते वो कहंदी है डियर मनिंदर, प्यारे मनिंदर मैनू आ दस वी तेरे किन्ने दोस्त ने जिन्हां कोल बुलेट मोटरसाइकिल है। मनिंदर इज साइलेंट, मनिंदर चुप कर जांदा है। लेट्स लीव द आउटसाइडर्स, चल बाहर वालियां नू तां छड्ड ही दियो। सन, कैन यू टेल मी हाउ मेनी ऑफ योर क्लासमेट्स हैव दिस मोटरसाइकिल। ਤੁਸੀਂ ਮੈਨੂੰ ਆਹ ਦੱਸ ਦਿਓ ਵੀ ਤੁਹਾਡੇ ਜਿਹੜੇ ਜਮਾਤ ਦੇ ਵਿੱਚ ਬੱਚੇ ਨੇ ਉਹਨਾਂ ਵਿੱਚੋਂ ਕਿੰਨਿਆਂ ਕੋਲ ਮੋਟਰਸਾਈਕਲ ਹੈ। ਬਾਹਰ ਲਿਆ ਦੀ ਤਾਂ ਗੱਲ ਹੀ ਨਾ ਕਰੋ। ਮਨਿੰਦਰ ਰਿਮੇਨ ਸਾਇਲੈਂਟ, ਮਨਿੰਦਰ ਚੁੱਪ ਕਰ ਜਾਂਦਾ ਹੈ। ਮੋਸਟ ਆਫ ਦ ਬੋਇਜ਼ ਇਨ ਦ ਕਲਾਸ ਸਪੀਕ, ਤੇ ਕਲਾਸ ਦੇ ਵਿੱਚ ਜ਼ਿਆਦਾਤਰ ਜਿਹੜੇ ਮੁੰਡੇ ਹੁੰਦੇ ਨੇ ਉਹ ਬੋਲਣਾ ਸ਼ੁਰੂ ਕਰ ਦਿੰਦੇ ਨੇ। ਸਰ ਵੀ ਡੋਂਟ ਹੈਵ, ਸਰ ਸਾਡੇ ਕੋਲ ਤਾਂ ਮੋਟਰਸਾਈਕਲ ਹੈ ਹੀ ਨਹੀਂ। ਤੇ ਕੁਝ ਕਹਿੰਦੇ ਨੇ ਯੈਸ ਵੀ ਹੈਵ ਸਮਾਲ ਮੋਟਰਸਾਈਕਲਸ ਦੈਟ ਟੂ ਬਿਲੋਂਗ ਟੂ ਆਰ ਫਾਦਰਸ। ਵੀ ਕੁਝ ਕਹਿੰਦੇ ਨੇ ਹਾਂਜੀ ਛੋਟੇ ਛੋਟੇ ਮੋਟਰਸਾਈਕਲ ਨੇ, ਵੱਡੇ ਨਹੀਂ ਨੇ, ਉਹ ਵੀ ਸਾਡੇ ਨਹੀਂ ਨੇ, ਸਾਡੇ ਪਿਤਾ ਜੀ ਦੇ ਨੇ। ਵੀ ਰੇਅਰਲੀ ਗੈਟ ਦੈਮ, ਸਾਨੂੰ ਤਾਂ ਉਹ ਮਿਲਦਾ ਹੀ ਨਹੀਂ ਮੋਟਰਸਾਈਕਲ ਚਲਾਉਣ ਨੂੰ, ਸਪੈਸ਼ਲੀ ਵੈਨ ਮੋਮ ਹੈਜ਼ ਟੂ ਗੋ ਵਿਦ ਅਸ। ਬਸ ਤਦੀ ਮਿਲਦਾ ਜਦ ਮੰਮੀ ਨੂੰ ਕਿਤੇ ਲੈ ਕੇ ਜਾਣਾ ਹੋਵੇ। ਟੀਚਰ ਕਹਿੰਦੇ ਨੇ ਦ ਟੀਚਰ ਐਕਸਪਲੇਨਸ ਟੂ ਦ ਸਟੂਡੈਂਟਸ, ਬੱਚਿਆਂ ਨੂੰ ਸਮਝਾਉਂਦੇ ਨੇ। ਚਿਲਡਰਨ ਦਿਸ ਇਜ਼ ਕਾਲਡ ਪੀਅਰ ਪ੍ਰੈਸ਼ਰ, ਬੇਟਾ ਇਸ ਨੂੰ ਕਹਿੰਦੇ ਨੇ ਜਿਹੜੇ ਆਪਣੇ ਨਾਲ ਦੇ ਆਪਣੇ ਉੱਤੇ ਪ੍ਰੈਸ਼ਰ ਪਾਉਂਦੇ ਨੇ, ਯਾਨੀ ਪੀਅਰ ਯਾਨੀ ਆਪਣੇ ਨਾਲ ਦੇ ਹਮ ਉਮਰ ਦੇ ਬੱਚਿਆਂ ਦਾ ਪ੍ਰੈਸ਼ਰ ਸਾਡੇ ਤੇ ਦਬਾਅ। ਮੈਨੀ ਚਿਲਡਰਨ ਰਿਊਇਨ ਦੇਅਰ ਫਿਊਚਰ ਅੰਡਰ ਦਿਸ ਪ੍ਰੈਸ਼ਰ, ਬਹੁਤ ਬੱਚੇ ਜਿਹੜੇ ਹੈਗੇ ਨੇ ਉਹ ਆਪਣਾ ਜਿਹੜਾ ਭਵਿੱਖ ਹੈਗਾ ਉਹਨੂੰ ਬਰਬਾਦ ਕਰ ਦਿੰਦੇ ਨੇ ਇਸੇ ਦਬਾਅ ਦੇ ਥੱਲੇ ਆ ਕੇ ਵੀ ਉਹਦੇ ਕੋਲ ਇਹ ਹੈਗਾ ਮੇਰੇ ਕੋਲ ਨਹੀਂ ਹੈ, ਉਹ ਕੀ ਸੋਚੂਗਾ ਆਹ ਕੀ ਸੋਚੂਗਾ, ਇਹ ਸੋਚਣਾ ਬੰਦ ਕਰ ਦਿਓ। ਸਾਰਿਆਂ ਕੋਲ ਜਿੰਨਾ ਰੱਬ ਨੇ ਦਿੱਤਾ ਹੈ ਖੁਸ਼ੀ ਨਾਲ ਉਹਨਾਂ ਉਹਨਾਂ ਹੈਗਾ ਜਿੰਨੀ ਜਿਸਨੂੰ ਜ਼ਰੂਰਤ ਹੈਗੀ। ਬਟ ਸਮ ਚਿਲਡਰਨ ਮੇਕ ਦੇਅਰ ਫਿਊਚਰ ਗੋਲਡਨ ਵਿਦ ਦ ਹੈਲਪ ਆਫ ਦੇਅਰ ਪੀਅਰਸ, ਕੁਝ ਤਾਂ ਨਲੈਕੀ ਕਰ ਜਾਂਦੇ ਨੇ, ਦੇਖਦੇ ਰਹਿੰਦੇ ਨੇ, ਰੀਸਾਂ ਲਾਉਂਦੇ ਰਹਿੰਦੇ ਨੇ ਵੀ ਉਹਨਾਂ ਕੋਲ ਇਹ ਹੈਗਾ ਸਾਡੇ ਕੋਲ ਨਹੀਂ ਹੈ, ਅਸੀਂ ਕੀ ਕਰੀਏ। ਪਰ ਕੁਝ ਜਿਹੜੇ ਜਿਨ੍ਹਾਂ ਦੇ ਦੋਸਤ ਬਹੁਤ ਵਧੀਆ ਹੁੰਦੇ ਨੇ ਉਹਨਾਂ ਦੀ ਮਦਦ ਲੈ ਕੇ ਆਪਣਾ ਜਿਹੜਾ ਭਵਿੱਖ ਹੈਗਾ ਉਹ ਵਧੀਆ ਬਣਾ ਲੈਂਦੇ ਨੇ, ਵਧੀਆ ਪੈਸੇ ਕਮਾਉਂਦੇ ਨੇ, ਸੈਟਲ ਹੋ ਜਾਂਦੇ ਨੇ। ਮਤਲਬ ਦੋ ਕਿਸਮ ਦੇ ਦੋਸਤ ਹੋ ਗਏ ਨਾ, ਇੱਕ ਤਾਂ ਜਿਨ੍ਹਾਂ ਦੀ ਤੁਸੀਂ ਰੀਸ ਲਾਉਣ ਦੀ ਕੋਸ਼ਿਸ਼ ਕਰਦੇ ਹੋ ਜੋ ਕੋਈ ਵਧੀਆ ਕੰਮ ਕਰਦੇ ਹੀ ਨਹੀਂ, ਤੇ ਇੱਕ ਜੋ ਤੁਹਾਡੀ ਪੜ੍ਹਾਈ ਵਿੱਚ ਮਦਦ ਕਰਦੇ ਨੇ, ਤੁਹਾਨੂੰ ਇੱਕ ਵਧੀਆ ਨੇਕ ਇਨਸਾਨ ਬਣਾਉਂਦੇ ਨੇ। ਇਟ ਇਜ਼ ਅਪ ਟੂ ਯੂ ਸਨ ਹਾਊ ਮੱਚ ਇਨਫਲੂਐਂਸ ਵੀ ਐਕਸੈਪਟ, ਇਹ ਤਾਂ ਤੁਹਾਡੇ ਉੱਤੇ ਵੀ ਤੁਸੀਂ ਕਿੰਨਾ ਪ੍ਰਭਾਵ ਕਿਸ ਦਾ ਆਪਣੇ ਉੱਤੇ ਪੈਣ ਦਿੰਦੇ ਹੋ। ਐਮ ਆਈ ਰਾਈਟ, ਕੀ ਮੈਂ ਸਹੀ ਗੱਲ ਕੀਤੀ? ਆਲ ਦ ਚਿਲਡਰਨ ਇਨ ਯੂਨੀਸਨ, ਯੈਸ ਸਰ, ਸਾਰੇ ਬੱਚੇ ਇੱਕ ਹੋ ਕੇ ਬੋਲਦੇ ਨੇ, ਜਵਾਬ ਦਿੰਦੇ ਨੇ, ਬਿਲਕੁਲ ਸਰ, ਬਿਲਕੁਲ ਸਹੀ ਗੱਲ ਕੀਤੀ ਤੁਸੀਂ। ਹੁਣ ਆਉਂਦੀ ਹੈ ਨਵਰੂਪ ਦੀ ਵਾਰੀ। ਸਰ I have had polio since my childhood. ਨਵਰੂਪ ਕਹਿੰਦੇ ਵੀ ਮੈਨੂੰ ਤਾਂ ਬਚਪਨ ਤੋਂ ਪੋਲੀਓ ਹੈ, ਵੀ ਮੈਂ ਤਾਂ ਸਿੱਧੀ ਜਿਹੜੇ ਬੰਦਿਆਂ ਨੂੰ ਪੋਲੀਓ ਹੁੰਦਾ ਉਹ ਠੀਕ ਚੱਲ ਨਹੀਂ ਸਕਦੇ। I come to school on a tricycle. ਤੇਰਾ ਤਿੰਨ ਪਹੀਆਂ ਵਾਲਾ ਸਾਈਕਲ ਨਹੀਂ ਹੁੰਦਾ, ਮੈਂ ਤਾਂ ਉਹਦੇ ਤੇ ਸਕੂਲ ਆਉਂਦੀ ਹਾਂ, ਟਰਾਈ ਯਾਨੀ ਤਿੰਨ। All the children in the school used to tease me and call me lame. ਤੇ ਮੇਰੇ ਕਲਾਸ ਦੇ ਮੇਰੇ ਸਕੂਲ ਦੇ ਜਿੰਨੇ ਬੱਚੇ ਨੇ ਉਹ ਸਾਰੇ ਮੇਰਾ ਮਖੌਲ ਉਡਾਉਂਦੇ ਨੇ ਜਾਂ ਉਡਾਉਂਦੇ ਸੀ, ਤੇ ਮੈਨੂੰ ਕਹਿੰਦੇ ਸੀ ਲੇਮ। ਲੇਮ ਦਾ ਮਤਲਬ ਜੋ ਬੰਦਾ ਠੀਕ ਚੱਲ ਨਹੀਂ ਸਕਦਾ, ਕਿਉਂਕਿ ਪੋਲੀਓ ਸੀ, ਲੱਤ 'ਚ ਬਿਮਾਰੀ ਸੀ ਤਾਂ ਕਰਕੇ। ਆਈ ਯੂਸ ਟੂ ਗੈਟ ਵੈਰੀ ਐਂਗਰੀ, ਤੇ ਮੈਨੂੰ ਬਹੁਤ ਗੁੱਸਾ ਆਉਂਦਾ ਸੀ ਜਦ ਤੁਹਾਨੂੰ ਕੋਈ ਲੰਗੜਾ ਕਹੇ, ਕੋਈ ਲੇਮ ਕਹੇ, ਮਜ਼ਾਕ ਉਡਾਏ ਤੁਹਾਡੀ ਬਿਮਾਰੀ ਦਾ। ਪੁਸ਼ਪਿੰਦਰ ਇਜ਼ ਸਿਟਿੰਗ ਨੈਕਸਟ ਟੂ ਮੀ, ਮੇਰੇ ਨਾਲ ਜਿਹੜੇ ਬੈਠੇ ਨੇ ਉਹ ਪੁਸ਼ਪਿੰਦਰ ਨੇ। He is my neighbor, ਤੇ ਉਹ ਮੇਰਾ ਗੁਆਂਢੀ ਵੀ ਹੈ। He used to say, dude, don't worry about them too much.
ਤੇ ਉਹ ਮੈਨੂੰ ਸਮਝਾਉਂਦਾ ਸੀ ਵੀ ਯਾਰ ਦੋਸਤ ਇਹਨਾਂ ਬਾਰੇ ਕਿਉਂ ਟੈਨਸ਼ਨ ਲੈ ਰਹੇ, ਵੀ ਡੋਂਟ ਨੋ ਵਾਟ ਦੇ ਵਿਲ ਬਿਕਮ ਇਨ ਫਿਊਚਰ। ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਭਵਿੱਖ ਦੇ ਵਿੱਚ ਕੀ ਜਾ ਕੇ ਬਣਨਗੇ, ਆਪਣੇ ਭਵਿੱਖ ਦਾ ਕੀ ਬਣਾਉਣਗੇ। ਬਟ ਯੂ ਆਰ ਅ ਸਟੂਡੀਅਸ ਬੋਏ, ਪਰ ਤੂੰ ਤਾਂ ਪੜਾਕੂ ਹੈਗਾ, ਇਹਨਾਂ ਦਾ ਥੋੜੀ ਪਤਾ ਹੈ, ਤਾਂ ਮਜ਼ਾਕ ਹੀ ਉਡਾਉਂਦੇ ਰਹਿ ਜਾਣਗੇ। ਯੂ ਸਟੈਂਡ ਫਰਸਟ ਐਵਰੀ ਈਅਰ ਤੇ ਤੂੰ ਕਲਾਸ ਦੇ ਵਿੱਚ ਫਰਸਟ ਵੀ ਆਉਂਦਾ। ਸਰ, ਪੁਸ਼ਪਿੰਦਰ ਵਾਸ ਸਟਰੋਂਗਰ ਦੈਨ ਆਲ ਅਦਰ ਕਲਾਸਮੇਟਸ। ਤੇ ਸਰ, ਜਿੰਨੇ ਮੇਰੇ ਕਲਾਸਮੇਟਸ ਸੀ, ਸਹਿਪਾਠੀ ਸੀ, ਜਮਾਤੀ ਸੀ, ਉਹਨਾਂ ਵਿੱਚੋਂ ਜੇ ਇੱਕ ਬੰਦਾ ਮੈਂ ਕਹਾਂ ਕਿ ਸਭ ਤੋਂ ਸਟਰੋਂਗ ਸੀ, ਉਹ ਸੀ ਪੁਸ਼ਪਿੰਦਰ ਜੀ ਨੇ ਮੈਨੂੰ ਵੀ ਤਾਕਤ ਦਿੱਤੀ। ਹੀ ਸਪੋਰਟਿਡ ਮੀ, ਉਹਨੇ ਮੈਨੂੰ ਵੀ ਸਪੋਰਟ ਕੀਤਾ, ਮੈਨੂੰ ਵੀ ਬਿਲਕੁਲ ਪਰੇਸ਼ਾਨ ਨਹੀਂ ਹੋਣ ਦਿੱਤਾ, ਮੇਰਾ ਸਹਿਯੋਗ ਦਿੱਤਾ। ਦੈਟਸ ਵਾਈ ਦੇ ਸਟੌਪਡ ਹਰੈਸਿੰਗ ਮੀ। ਤੇ ਇਸੇ ਕਰਕੇ ਜਿਹੜੇ ਬਾਕੀ ਜਿਹੜਾ ਮੇਰੇ ਮਜ਼ਾਕ ਉਡਾਉਂਦੇ ਸੀ, ਹੱਸਦੇ ਸੀ, ਕਿਉਂਕਿ ਮੇਰੇ ਨਾਲ ਪੁਸ਼ਪਿੰਦਰ ਸੀ, ਉਹਨੇ ਮੈਨੂੰ ਤਕੜਾ ਬਣਾਇਆ ਵੀ ਪਰਵਾਹੀ ਨਾ ਕਰ, ਤੇ ਬਾਕੀਆਂ ਨੇ ਬਿਲਕੁਲ ਮੈਨੂੰ ਤੰਗ ਕਰਨਾ ਬੰਦ ਕਰਤਾ, ਕਿਉਂਕਿ ਮੈਂ ਰਿਐਕਸ਼ਨ ਹੀ ਨਹੀਂ ਦਿੰਦਾ ਸੀ, ਜਵਾਬ ਹੀ ਨਹੀਂ ਦਿੰਦਾ ਸੀ। ਥੈਂਕਸ ਟੂ ਹਿਸ ਸਪੋਰਟ ਆਈ ਹੈਵ ਰੀਚਡ ਕਲਾਸ 12th। ਵੀ ਇਹਦੇ ਸਹਿਯੋਗ ਕਰਕੇ, ਜਿਹਦਾ ਮੈਂ ਇੰਨਾ ਧੰਨਵਾਦ ਕਰਦਾ, ਵੀ ਮੈਂ 12ਵੀਂ ਤੱਕ ਪਹੁੰਚ ਗਿਆ, ਵੀ ਧੰਨਵਾਦ ਕਰਦਾ ਇਹਦਾ ਤਾਂ। ਹੀ ਬ੍ਰਿੰਗਸ ਮੀ ਟੂ ਸਕੂਲ ਔਨ ਮਾਈ ਟ੍ਰਾਈਸਾਈਕਲ ਡੇਲੀ। ਬਾਕੀ ਸਭ ਛੱਡੋ, ਇਹ ਤਾਂ ਮੈਨੂੰ ਸਕੂਲ ਲੈ ਕੇ ਆਉਂਦਾ ਵੀ ਮੇਰੇ ਟ੍ਰਾਈਸਾਈਕਲ ਤੇ, ਆਪ ਵੀ ਨਹੀਂ ਸ਼ਰਮ ਮਹਿਸੂਸ ਕਰਦਾ, ਹਾਲਾਂਕਿ ਇਹ ਆਪਣੇ ਆਪ ਚੱਲ ਕੇ ਆ ਸਕਦਾ ਹੈ, ਪੈਦਲ ਚੱਲ ਕੇ ਜਾਂ ਕਿਵੇਂ ਵੀ, ਬਟ ਇਹ ਮੈਨੂੰ ਆਪ ਲੈ ਕੇ ਆਉਂਦਾ, ਵੀ ਇੰਨਾ ਮੈਨੂੰ ਸਪੋਰਟ ਕਰਦਾ। ਇਹੋ ਜਿਹੇ ਦੋਸਤ ਹੋਣੇ ਚਾਹੀਦੇ ਨੇ ਕਿ ਨਹੀਂ? ਫਿਰ ਪੁਸ਼ਪਿੰਦਰ ਕਹਿੰਦਾ, ਜਿਹੜਾ ਉਹਨੂੰ ਲੈ ਕੇ ਆਉਂਦਾ ਸੀ, ਸਰ ਆਈ ਵਾਸ ਵੀਕ ਇਨ ਇੰਗਲਿਸ਼ ਐਂਡ ਮੈਥਮੈਟਿਕਸ। ਉਹ ਕਹਿੰਦਾ, ਸਰ ਮੈਂ ਅੰਗਰੇਜ਼ੀ ਤੇ ਮੈਥਸ ਦੇ ਵਿੱਚ ਕਮਜ਼ੋਰ ਸੀ, ਬਟ ਨਵਰੂਪ ਸਪੀਕਸ ਇੰਗਲਿਸ਼ ਲਾਈਕ ਐਨ ਇੰਗਲਿਸ਼ਮੈਨ ਐਂਡ ਮੈਥਮੈਟਿਕਸ ਇਜ਼ ਔਨ ਹਿਸ ਟਿਪਸ। ਪਰ ਨਵਰੂਪ ਜਿਹੜਾ ਹੈ ਉਹ ਅੰਗਰੇਜ਼ੀ ਜਿਵੇਂ ਅੰਗਰੇਜ਼ ਬੋਲਦੇ ਨੇ ਉਵੇਂ ਬੋਲਦਾ, ਤੇ ਮੈਥਸ ਤਾਂ ਉਹਦੇ ਉਂਗਲੀਆਂ ਤੇ ਹੈ, ਮਤਲਬ ਸੌਖਾ ਹੀ ਲੱਗਦਾ ਨਵਰੂਪ ਨੂੰ। When I used to get scoldings during English and mathematics period, he used to feel superior. ਤੇ ਜਦ ਮੈਨੂੰ ਝਿੜਕਾਂ ਪੈਂਦੀਆਂ ਸੀ ਮੈਥਸ ਦੇ ਵਿੱਚ, ਅੰਗਰੇਜ਼ੀ ਦੇ ਪੀਰੀਅਡ ਦੇ ਵਿੱਚ, ਤਾਂ ਇਹਨੂੰ ਲੱਗਦਾ ਸੀ ਵੀ ਚਲੋ ਮੈਨੂੰ ਤਾਂ ਆਉਂਦਾ ਹੈ ਨਾ, ਨਵਰੂਪ ਨੂੰ ਤਾਂ ਆਉਂਦਾ ਹੈ ਨਾ, ਪੁਸ਼ਪਿੰਦਰ ਨੂੰ ਨਹੀਂ ਆਉਂਦਾ। Then he started helping me with the subjects in the evening. ਤੇ ਇਹ ਦੇਖ ਕੇ ਨਵਰੂਪ ਨੇ ਵੀ ਮੈਂ ਅੰਗਰੇਜ਼ੀ 'ਚ ਮੈਥਸ ਕਮਜ਼ੋਰ ਹੈਗਾ, ਉਹਨੇ ਮੈਨੂੰ ਸ਼ਾਮ ਨੂੰ ਪੜ੍ਹਾਉਣਾ ਸ਼ੁਰੂ ਕਰਤਾ, ਮੇਰੀ ਮਦਦ ਕਰਨੀ ਸ਼ੁਰੂ ਕਰਤੀ ਦੋਨੋਂ ਸਬਜੈਕਟਸ ਦੇ ਵਿੱਚ, ਇੰਗਲਿਸ਼ ਦੇ ਵਿੱਚ ਵੀ ਤੇ ਮੈਥਮੈਟਿਕਸ ਦੇ ਵਿੱਚ ਵੀ। ਨਵਰੂਪ ਸਟੂਡ ਫਰਸਟ ਐਂਡ ਆਈ ਸਿਕਿਉਰਡ ਸੈਕਿੰਡ ਪੋਜੀਸ਼ਨ ਇਨ 10th ਗ੍ਰੇਡ। ਕਿਉਂਕਿ ਨਵਰੂਪ ਨੇ ਮੇਰੀ ਮਦਦ ਕੀਤੀ, ਤੇ ਇਸੇ ਕਰਕੇ ਨਵਰੂਪ ਦੀ ਜਿਹੜੀ ਕਲਾਸ ਦੇ ਵਿੱਚ ਪੋਜੀਸ਼ਨ ਆਈ ਉਹ ਫਰਸਟ ਸੀਗੀ, ਠੀਕ ਹੈ, ਤੇ ਮੇਰੀ ਜਿਹੜੀ ਪੋਜੀਸ਼ਨ ਆਈ 10ਵੀਂ ਦੇ ਵਿੱਚ ਉਹ ਸੀਗੀ ਸੈਕਿੰਡ, ਠੀਕ ਹੈ। ਇਹ ਨਵਰੂਪ ਪਹਿਲੀ ਤੇ ਮੇਰੀ ਸੈਕਿੰਡ, ਪੁਸ਼ਪਿੰਦਰ ਸੈਕਿੰਡ ਆਇਆ 10ਵੀਂ ਦੇ ਵਿੱਚ। ਡਿਊ ਟੂ ਦਿਸ ਕੋਆਪਰੇਸ਼ਨ, ਇਸੇ ਸਹਿਯੋਗ ਕਰਕੇ ਆਈ ਐਮ ਪਰਸੂਇੰਗ 12th ਕਲਾਸ ਇਨ ਨੋਨ ਮੈਡੀਕਲ ਸਟ੍ਰੀਮ ਵਿਦ ਪ੍ਰਾਈਡ। ਤੇ ਕਿਉਂਕਿ ਮੇਰੇ 'ਚ ਪਹਿਲਾਂ ਤਾਂ ਮੈਨੂੰ ਮੈਥਸ ਆਉਂਦਾ ਨਹੀਂ ਸੀ, ਪਰ ਹੁਣ ਮੇਰੇ 'ਚ ਇੰਨੀ ਹਿੰਮਤ ਆ ਗਈ ਹੈ ਕਿ ਮੈਂ 12ਵੀਂ ਵਿੱਚ ਵੀ ਨੋਨ ਮੈਡੀਕਲ ਕਰ ਰਹੀ ਹਾਂ, ਤੇ ਗਰਵ ਨਾਲ ਕਰ ਰਹੀ ਹਾਂ ਵੀ ਮੈਂ ਕਰ ਲਾਂਗਾ ਹੈਂਡਲ। ਕਿਉਂਕਿ ਨੋਨ ਮੈਡੀਕਲ ਦੇ ਵਿੱਚ ਕੀ ਹੁੰਦਾ ਹੈ, ਫਿਜ਼ਿਕਸ ਹੁੰਦੀ ਹੈ, ਕੈਮਿਸਟਰੀ ਹੁੰਦੀ ਹੈ, ਤੇ ਮੈਥਸ ਹੁੰਦਾ, ਪੀਸੀਐਮ ਹੁੰਦਾ। ਸਰ, ਵੀ ਮੀਟ ਗੁੱਡ ਐਸ ਵੈਲ ਐਸ ਬੈਡ ਪੀਪਲ, ਇਟਸ ਅਪ ਟੂ ਅਸ ਟੂ ਅੰਡਰਸਟੈਂਡ ਵਾਟ ਇਜ਼ ਗੁੱਡ ਐਂਡ ਵਾਟ ਇਜ਼ ਬੈਡ। ਤੇ ਉਹ ਕਹਿੰਦਾ ਵੀ ਸਰ, ਅਸੀਂ ਜ਼ਿੰਦਗੀ 'ਚ ਮਾੜੇ ਬੰਦਿਆਂ ਨੂੰ ਵੀ ਮਿਲਦੇ ਹਾਂ, ਚੰਗੇ ਬੰਦਿਆਂ ਨੂੰ ਵੀ ਮਿਲਦੇ ਹਾਂ, ਪਰ ਹੁਣ ਇਹ ਤਾਂ ਸਾਡੀ ਸਮਝ ਦੇ ਉੱਤੇ ਨਿਰਧਾਰਿਤ ਹੈਗਾ ਨਾ, ਵੀ ਅਸੀਂ ਕੀ ਲੈਂਦੇ ਹਾਂ ਉਹਨਾਂ ਤੋਂ, ਚੰਗੀਆਂ ਗੱਲਾਂ ਸਿੱਖਦੇ ਹਾਂ ਜਾਂ ਮਾੜੀਆਂ ਆਦਤਾਂ ਸਿੱਖਦੇ ਹਾਂ। ਟੀਚਰ, ਗੁੱਡ, ਵੈਲ ਸੈਡ, ਸ਼ਾਬਾਸ਼, ਸਹੀ ਗੱਲ ਕੀਤੀ। ਡੀਅਰ ਸਟੂਡੈਂਟਸ, ਪੀਅਰ ਪ੍ਰੈਸ਼ਰ ਹੈਜ਼ ਬੋਥ ਪੋਜ਼ਿਟਿਵ ਐਂਡ ਨੈਗੇਟਿਵ ਇਫੈਕਟ। ਤੇ ਟੀਚਰ ਕਹਿੰਦੇ ਨੇ ਵੀ ਬਿਲਕੁਲ ਠੀਕ ਗੱਲ ਕੀਤੀ, ਜਿਹੜਾ ਆਪਣੇ ਸਾਥੀਆਂ ਦਾ ਸਾਡੇ ਤੇ ਅਸਰ ਹੁੰਦਾ ਹੈ, ਦਬਾਅ ਹੁੰਦਾ ਹੈ, ਉਹਦੇ ਚੰਗੇ ਅਸਰ ਵੀ ਹੁੰਦੇ ਨੇ, ਮਾੜੇ ਵੀ ਹੁੰਦੇ ਨੇ। ਇਫ ਯੂਰ ਫੈਲੋ ਮੇਟਸ ਹੈਵ ਓਪਰੈਸਿੰਗ, ਡੋਮੀਨੇਟਿੰਗ, ਵਾਇਲੈਂਸ ਇਫੈਕਟਸ ਔਨ ਯੂ, ਇਟ ਇਜ਼ ਨੈਗੇਟਿਵ। ਜਿਵੇਂ ਅਸੀਂ ਪੜ੍ਹਿਆ ਵੀ ਪੋਜ਼ਿਟਿਵ ਵੀ ਹੁੰਦਾ ਹੈ, ਨੈਗੇਟਿਵ ਵੀ ਹੁੰਦਾ ਹੈ, ਪਰ ਜੇ ਤੁਹਾਡੇ ਸਾਥੀਆਂ ਦਾ ਤੁਹਾਡੇ ਤੇ ਜ਼ੁਲਮ ਕਰਨ ਵਾਲਾ ਹਿਸਾਬ ਕਿਤਾਬ ਹੈ, ਦਬਾਅ ਦੇਣ ਵਾਲਾ ਹੋਏਗਾ, ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਉਹ ਵਾਇਲੈਂਸ ਕਰਦੇ ਨੇ, ਹਿੰਸਾ ਕਰਦੇ ਨੇ, ਤਾਂ ਉਹ ਗਲਤ ਅਸਰ ਹੈਗਾ ਕਿ ਤੁਸੀਂ ਵੀ ਉਹ ਚੀਜ਼ਾਂ ਸਿੱਖ ਰਹੇ ਹੋ। ਇਫ ਯੋਰ ਫਰੈਂਡਸ ਆਰ ਗੁੱਡ, ਪਰ ਜੇ ਤੁਹਾਡੇ ਦੋਸਤ ਵਧੀਆ ਨੇ,
ਦੇ ਕੈਨ ਟ੍ਰਾਂਸਫਾਰਮ ਈਵਨ ਅ ਬੈਡ ਪਰਸਨ ਇਨਟੂ ਅ ਗੁੱਡ ਪਰਸਨ ਪਰ ਜੇ ਤੁਹਾਡੇ ਦੋਸਤ ਵਧੀਆ ਨੇ ਤਾਂ ਉਹ ਮਾੜੇ ਇਨਸਾਨ ਨੂੰ ਵੀ ਵਧੀਆ ਇਨਸਾਨ 'ਚ ਬਦਲ ਦੇਣਗੇ ਇਟਸ ਆਲਵੇਜ਼ ਬੈਟਰ ਟੂ ਬੀ ਅਲੋਨ ਰਾਦਰ ਦੈਨ ਬੀ ਇਨ ਅ ਬੈਡ ਕੰਪਨੀ ਇਹ ਤਾਂ ਵਧੀਆ ਗੱਲ ਹੈ ਵੀ ਤੁਸੀਂ ਇਕੱਲੇ ਹੀ ਰਹਿ ਜਾਓ ਪਰ ਮਾੜੀ ਸੰਗਤ ਦੇ ਵਿੱਚ ਨਾ ਪਵੋ ਬਟ ਇਨ ਯੋਰ ਕਲਾਸ ਦੇਅਰ ਇਜ਼ ਨੋ ਰੀਜ਼ਨ ਟੂ ਬੀ ਲੋਨਲੀ ਔਰ ਅਲੋਨ ਜੇ ਤੁਸੀਂ ਮਾੜੀ ਸੰਗਤ 'ਚ ਹੈਗੇ ਹੋ ਤਾਂ ਉਹ ਤੋਂ ਵਧੀਆ ਤਾਂ ਇਹੀ ਹੈ ਨਾ ਵੀ ਤੁਸੀਂ ਇਕੱਲੇ ਹੋ ਜਾਓ ਪਰ ਤੁਹਾਡੀ ਕਲਾਸ 'ਚ ਇਹੋ ਜਿਹਾ ਕੋਈ ਕਾਰਨ ਨਹੀਂ ਹੈ ਵੀ ਤੁਸੀਂ ਇਕੱਲੇ ਰਹਿ ਜਾਓਗੇ ਈਚ ਐਂਡ ਐਵਰੀ ਸਟੂਡੈਂਟ ਇਜ਼ ਅ ਗੁੱਡ ਪਰਸਨ ਹਰੇਕ ਜਿਹੜਾ ਬੱਚਾ ਕਲਾਸ 'ਚ ਹੈਗਾ ਉਹ ਇੱਕ ਵਧੀਆ ਵਿਦਿਆਰਥੀ ਹੈ ਵਧੀਆ ਇਨਸਾਨ ਹੈਗਾ ਡੀਅਰ ਮਨਿੰਦਰ ਯੂ ਆਰ ਕੌਜ਼ਿੰਗ ਯੋਰ ਪੇਰੈਂਟਸ ਡਿਸਟ੍ਰੈਸ ਐਂਡ ਡਿਪਰੈਸ਼ਨ ਬਾਈ ਫੋਲੋਇੰਗ ਦੋਸ ਬੋਇਜ਼ ਹੂ ਆਰ ਨਾਟ ਆਫ ਐਨੀ ਵਰਥ ਇਨ ਯੋਰ ਲਾਈਫ ਤੇ ਉਹ ਸਮਝਾਉਂਦੇ ਨੇ ਵੀ ਪਿਆਰੇ ਮਨਿੰਦਰ ਤੁਸੀਂ ਉਹਨਾਂ ਮੁੰਡਿਆਂ ਦੇ ਪਿੱਛੇ ਲੱਗ ਕੇ ਆਪਣੇ ਮਾਪਿਆਂ ਨੂੰ ਦੁਖੀ ਕਰ ਰਹੇ ਹੋ ਨਿਰਾਸ਼ ਕਰ ਰਹੇ ਹੋ ਤੇ ਉਹਨਾਂ ਦਾ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਕੁਛ ਬਣਨਾ ਹੀ ਨਹੀਂ ਤੇ ਉਹਨਾਂ ਦਾ ਤੁਹਾਡੀ ਜ਼ਿੰਦਗੀ 'ਚ ਵੀ ਕੋਈ ਅਹਿਮੀਅਤ ਨਹੀਂ ਹੈ ਕੋਈ ਉਹਨਾਂ ਨੇ ਯੋਗਦਾਨ ਨਹੀਂ ਪਾਉਣਾ ਤੁਹਾਡੀ ਜ਼ਿੰਦਗੀ 'ਚ ਕੋਈ ਤੁਹਾਡੀ ਮਦਦ ਨਹੀਂ ਕਰਨੀ ਨੋਬਡੀ ਕੈਨ ਲਵ ਅ ਚਾਈਲਡ ਮੋਰ ਦੈਨ ਹਿਸ ਪੇਰੈਂਟਸ ਕੋਈ ਵੀ ਆਪਣੇ ਬੱਚੇ ਜਿਵੇਂ ਆਪਾਂ ਕਹਿੰਦੇ ਨਾ ਮਾਪੇ ਆਪਣੇ ਬੱਚੇ ਨੂੰ ਜਿੰਨਾ ਪਿਆਰ ਕਰ ਸਕਦੇ ਨੇ ਉਹ ਤੋਂ ਵੱਧ ਕੋਈ ਨਹੀਂ ਕਰ ਸਕਦਾ ਵਾਈ ਆਰ ਯੂ ਲੈਟਿੰਗ ਦ ਇਨਫਲੂਐਂਸ ਆਫ ਦੋਸ ਬੋਇਜ਼ ਓਵਰ ਪਾਵਰ ਦ ਲਵ ਆਫ ਯੂਅਰ ਪੇਰੈਂਟਸ ਤੇ ਤੁਸੀਂ ਕਿਉਂ ਉਹਨਾਂ ਮੁੰਡਿਆਂ ਦੇ ਪ੍ਰਭਾਵ ਨੂੰ ਆਪਣੇ ਮਾਪਿਆਂ ਦੇ ਪਿਆਰ ਉੱਤੇ ਹਾਵੀ ਹੋਣ ਦੇ ਰਹੇ ਹੋ ਨੋ ਚਾਈਲਡ ਨੋ ਬੀ ਪੋਜ਼ਿਟਿਵ ਨਹੀਂ ਬੇਟਾ ਇੱਦਾਂ ਨਾ ਹੋਣ ਦਿਓ ਵੀ ਪੋਜ਼ਿਟਿਵ ਰਹੋ ਵਧੀਆ ਗੱਲਾਂ ਸਿੱਖੋ ਵੈਰੀ ਗੁੱਡ ਕਮ ਓਵਰ ਟੂ ਮੀ ਮਾਈ ਸਨ ਚੱਲ ਆ ਜਾ ਹੁਣ ਮੇਰੇ ਕੋਲ ਆ ਜਾ ਮਨਿੰਦਰ ਕਮਸ ਟੂ ਦ ਟੀਚਰ ਤੇ ਮਨਿੰਦਰ ਅਧਿਆਪਕ ਕੋਲ ਜਾਂਦਾ ਹੈ ਮਨਿੰਦਰ ਸਰ ਆਈ ਹੈਵ ਅੰਡਰਸਟੂਡ ਦ ਪੋਜ਼ਿਟਿਵ ਇਨਫਲੂਐਂਸ ਆਫ ਮਾਈ ਪੀਅਰਸ ਤੇ ਮਨਿੰਦਰ ਕਹਿੰਦਾ ਹੈ ਵੀ ਸਰ ਹੁਣ ਮੈਂ ਆਪਣੇ ਸਾਥੀਆਂ ਦਾ ਜਿਹੜਾ ਵਧੀਆ ਪ੍ਰਭਾਵ ਹੈਗਾ ਮੇਰੇ ਉੱਤੇ ਪੈ ਰਿਹਾ ਉਹ ਮੈਂ ਸਮਝ ਲਿਆ ਆਈ ਹੈਵ ਅੰਡਰਸਟੂਡ ਦੈਟ ਵੀ ਕੈਨ ਈਵਨ ਟਰਨ ਅ ਬੈਡ ਫੈਲੋ ਮੇਟ ਟੂ ਲੀਡ ਦ ਰਾਈਟ ਪਾਥ ਵਿਦ ਦ ਰਾਈਟ ਇਨਫਲੂਐਂਸ ਉਹ ਕਹਿੰਦਾ ਮੈਨੂੰ ਸਮਝ ਆ ਗਿਆ ਵੀ ਇੱਕ ਜੇ ਮਾੜਾ ਦੋਸਤ ਵੀ ਹੈਗਾ ਨਾ ਮਾੜਾ ਇਨਸਾਨ ਵੀ ਹੈਗਾ ਉਹਨੂੰ ਵੀ ਸਹੀ ਰਸਤਾ ਦਿਖਾ ਕੇ ਸਹੀ ਗਾਈਡੈਂਸ ਦੇ ਕੇ ਇਨਫਲੂਐਂਸ ਦੇ ਵਿੱਚ ਰੱਖ ਕੇ ਆਪਾਂ ਇੱਕ ਵਧੀਆ ਇਨਸਾਨ ਬਣਾ ਸਕਦੇ ਹਾਂ ਆਈ ਹੈਵ ਆਲਸੋ ਅੰਡਰਸਟੂਡ ਦੈਟ ਐਵਰੀ ਪਰਸਨ ਸਟੇਇੰਗ ਕਲੋਜ਼ ਟੂ ਅਸ ਕੈਨ ਨਾਟ ਬੀ ਅਵਰ ਫਰੈਂਡ ਤੇ ਮੈਂ ਇਹ ਵੀ ਸਮਝ ਲਿਆ ਵੀ ਹਰ ਇਨਸਾਨ ਜੋ ਸਾਡੇ ਨੇੜੇ ਹੈਗਾ ਹੈ ਉਹ ਸਾਡਾ ਦੋਸਤ ਤਾਂ ਨਹੀਂ ਹੋ ਸਕਦਾ ਸਾਡੇ ਬਾਰੇ ਚੰਗਾ ਤਾਂ ਨਹੀਂ ਹਮੇਸ਼ਾ ਸੋਚ ਸਕਦਾ ਸਰ ਆਈ ਐਮ ਪ੍ਰਾਊਡ ਆਫ ਦੀਜ਼ ਫੈਲੋ ਮੇਟਸ ਆਫ ਮਾਈਨ ਤੇ ਉਹ ਕਹਿੰਦਾ ਕਿ ਸਰ ਮੈਨੂੰ ਮਹਿਸੂਸ ਹੋ ਗਿਆ ਅੱਜ ਵੀ ਇਹ ਜਿਹੜੇ ਮੇਰੇ ਨਾਲ ਦੇ ਨੇ ਉਹਨਾਂ ਤੇ ਮੈਨੂੰ ਗਰਵ ਹੈਗਾ ਮਾਣ ਹੈਗਾ ਸਰ ਯੂ ਵਿਲ ਨਾਟ ਰਿਸੀਵ ਐਨੀ ਕੰਪਲੇਂਟ ਅਗੇਂਸਟ ਮੀ ਫਰੋਮ ਟੂਡੇ ਔਨਵਰਡਸ ਤੇ ਸਰ ਅੱਜ ਤੋਂ ਬਾਅਦ ਤੁਹਾਨੂੰ ਮੇਰੇ ਤੋਂ ਜਾਂ ਮੇਰੇ ਖਿਲਾਫ ਕੋਈ ਵੀ ਸ਼ਿਕਾਇਤ ਨਹੀਂ ਆਏਗੀ ਮਨਿੰਦਰ ਟੱਚਿਸ ਹਿਸ ਟੀਚਰਸ ਫੀਟ ਐਂਡ ਹੈਪੀਲੀ ਸਿਟਸ ਐਟ ਦ ਡੈਸਕ ਉਹ ਆਪਣੇ ਟੀਚਰ ਅਧਿਆਪਕ ਦਾ ਆਸ਼ੀਰਵਾਦ ਲੈਂਦਾ ਤੇ ਜਾ ਕੇ ਬੈਠ ਜਾਂਦਾ ਆਪਣੇ ਬੈਂਚ ਤੇ ਦ ਹੋਲ ਕਲਾਸ ਜੁਆਇਨਸ ਇਨ ਹਿਸ ਹੈਪੀਨੈਸ ਤੇ ਸਾਰੀ ਕਲਾਸ ਸ਼ਾਮਲ ਹੋ ਜਾਂਦੀ ਹੈ ਉਹਦੀ ਖੁਸ਼ੀ ਦੇ ਵਿੱਚ ਐਂਡ ਦ ਕਲਾਸ ਰਿਸਾਊਂਡਸ ਵਿਦ ਐਪਲੌਸ ਤੇ ਕਲਾਸ ਦੇ ਵਿੱਚ ਤਾਲੀਆਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਨੇ ਇੱਥੇ ਵਰਕਸ਼ੀਟ ਦਿੱਤੀ ਹੋਈ ਹੈ ਕੁਝ ਸਵਾਲ ਹੈਗੇ ਨੇ ਪਹਿਲਾ ਅੰਡਰ ਹੂਜ਼ ਇਨਫਲੂਐਂਸ ਡਸ ਮਨਿੰਦਰ ਇੰਪਰੂਵ ਮਨਿੰਦਰ ਕਿਹਦੇ ਪ੍ਰਭਾਵ ਥੱਲੇ ਆ ਕੇ ਆਪਣੇ ਆਪ ਨੂੰ ਇੰਪਰੂਵ ਕਰਦਾ ਬਿਹਤਰ ਬਣਾਉਂਦਾ ਤੇ ਇਹ ਹੈਗਾ ਆਨਸਰ ਮਨਿੰਦਰ ਬਿਕੇਮ ਅ ਬੈਟਰ ਪਰਸਨ ਅੰਡਰ ਦ ਇਨਫਲੂਐਂਸ ਆਫ ਹਿਸ ਟੀਚਰ ਐਂਡ ਹਿਸ ਕਲਾਸਮੇਟਸ ਮਨਿੰਦਰ ਆਪਣੇ ਅਧਿਆਪਕ ਤੇ ਆਪਣੇ ਸਹਿਪਾਠੀਆਂ ਦੇ ਪ੍ਰਭਾਵ ਹੇਠਾਂ ਆ ਕੇ ਇੱਕ ਬਿਹਤਰ ਵਿਅਕਤੀ ਬਣਿਆ ਬਿਹਤਰ ਇਨਸਾਨ ਬਣਿਆ ਦੇ ਐਕਸਪਲੇਨ ਮਨਿੰਦਰ ਉਹਨਾਂ ਨੇ ਮਨਿੰਦਰ ਨੂੰ ਸਮਝਾਇਆ How they too had bad company, ਵੀ ਉਹਨਾਂ ਤੇ ਵੀ ਬੁਰੀ ਸੰਗਤ ਦਾ ਪ੍ਰਭਾਵ ਸੀ ਬਟ ਦੇ ਮੇਡ ਸ਼ੋਰ ਦੈਟ ਦੇ ਇਗਨੋਰਡ ਇਟ ਬਟ ਉਹਨਾਂ ਨੇ ਇਹ ਸੋਚਿਆ ਇਹ ਸਮਝਿਆ ਵੀ ਉਹ ਇਸ ਚੀਜ਼ ਨੂੰ ਯਕੀਨਨ ਤੌਰ ਤੇ ਨਜ਼ਰਅੰਦਾਜ਼ ਕਰ ਦੇਣਗੇ ਵੀ ਸਾਡੇ ਆਲੇ ਦੁਆਲੇ ਬੁਰੀ ਸੰਗਤ ਹੈਗੀ ਹੈ ਦੇ ਮੇਡ ਸ਼ੋਰ ਦੈਟ ਦੇ ਵਰ ਅਵੇ ਫਰੋਮ ਦੋਸ ਬੈਡ ਪੀਪਲ ਐਂਡ ਡਿਡ ਨਾਟ ਹਰਟ ਦੇਅਰ ਪੇਰੈਂਟਸ ਤੇ ਉਹਨਾਂ ਨੇ ਇਹ ਵੀ ਯਕੀਨਨ ਤੌਰ ਤੇ ਇੱਕ ਗੱਲ ਸਮਝੀ ਵੀ ਅਸੀਂ ਉਹਨਾਂ ਮਾੜੇ ਲੋਕਾਂ ਤੋਂ ਦੂਰ ਰਹਾਂਗੇ ਉਹਨਾਂ ਦੀ ਸੰਗਤ 'ਚ ਨਹੀਂ ਰਹਾਂਗੇ ਤੇ ਆਪਣੇ ਮਾਪਿਆਂ ਦੀ ਵੀ ਰਿਸਪੈਕਟ ਕਰਾਂਗੇ ਉਹਨਾਂ ਨੂੰ ਹਰਟ ਨਹੀਂ ਕਰਾਂਗੇ ਔਨ ਲਿਸਨਿੰਗ ਟੂ ਦੈਮ ਮਨਿੰਦਰ ਰਿਅਲਾਈਜ਼ ਦ ਮਿਸਟੇਕ ਐਂਡ ਬਿਕੇਮ ਅ ਬੈਟਰ ਪਰਸਨ
ਉਹਨਾਂ ਨੂੰ ਸਮਝਣ ਤੋਂ ਬਾਅਦ ਮਨਿੰਦਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਇੱਕ ਬਿਹਤਰ ਇਨਸਾਨ ਬਣ ਗਿਆ। ਦੂਜਾ ਸਵਾਲ, ਵਾਟ ਕਾਈਂਡ ਆਫ ਇਨਫਲੂਐਂਸ ਕੈਨ ਗਰੁੱਪ ਮੇਟਸ ਹੈਵ ਔਨ ਯੂ? ਤੁਹਾਡੇ ਜਿਹੜੇ ਨਾਲ ਦੇ ਨੇ ਉਹ ਤੁਹਾਡੇ ਉੱਤੇ ਕਿਹੋ ਜਿਹਾ ਇਨਫਲੂਐਂਸ ਕਰ ਸਕਦੇ ਨੇ, ਪ੍ਰਭਾਵ ਪਾ ਸਕਦੇ ਨੇ? ਇਹਦਾ ਆਨਸਰ ਹੈ, ਦੇ ਕੈਨ ਹੈਵ ਅ ਪੋਜ਼ਿਟਿਵ ਔਰ 네ਗੇਟਿਵ ਇਨਫਲੂਐਂਸ ਔਨ ਅਸ। ਸਾਡੇ ਤੇ ਵਧੀਆ ਪ੍ਰਭਾਵ ਵੀ ਪਾ ਸਕਦੇ ਨੇ ਤੇ 네ਗੇਟਿਵ ਵੀ ਪਾ ਸਕਦੇ ਨੇ। Meeting and getting to know my classmates is vital because it allows us to learn from one another. Apne sahpathiyan nu milna, unna nu janna zaruri hega, vital hega. Kyun? Kyunki is to sanu ik dooje to sikhan nu bahut kuch milda hai. They can help me share my struggles and problems which can help me solve them. Oh, apniyan gallan dassange, main apni gallan dassangi ya problems dassangi, ਸੰਘਰਸ਼ ਦੱਸਾਂਗੀ ਤੇ ਅਸੀਂ ਇਕੱਠੇ ਮਿਲ ਕੇ ਉਹਨਾਂ ਨੂੰ ਹੱਲ ਕਰ ਸਕਦੇ ਹਾਂ। ਕਲਾਸਮੇਟਸ ਮੇ ਹੈਵ ਸਟ੍ਰੈਟਜੀਜ਼ ਫੋਰ ਡੀਲਿੰਗ ਵਿਦ ਕਾਮਨ ਚੈਲੰਜਸ, ਤੇ ਉਹਨਾਂ ਕੋਲ ਜਿਹੜੀਆਂ ਚੁਣੌਤੀਆਂ ਹੈਗੀਆਂ ਨੇ ਉਹਨਾਂ ਦਾ ਸਾਹਮਣਾ ਕਰਨ ਦਾ, ਪ੍ਰੋਬਲਮ ਦਾ ਸੋਲਿਊਸ਼ਨ ਵੀ ਹੋਏਗਾ ਕਿ ਕਿਵੇਂ ਉਹਦੇ ਨਾਲ ਡੀਲ ਕਰਨਾ ਹੈ। ਦੇ ਲਿਸਨ ਟੂ ਅਸ ਐਂਡ ਹੈਲਪ ਅਸ ਐਟ ਆਲ ਦ ਟਾਈਮਸ, ਕਿਉਂਕਿ ਮੇਰੇ ਨਾਲ ਦੇ ਹੈਗੇ ਨੇ ਉਹ ਜੇ ਪੋਜ਼ਿਟਿਵ ਇਨਫਲੂਐਂਸ ਕਰ ਰਹੇ ਨੇ ਤਾਂ ਸਾਡੀ ਗੱਲ ਸੁਣਨਗੇ, ਸਾਡੇ ਲਈ ਮੌਜੂਦ ਰਹਿਣਗੇ ਹਰ ਵੇਲੇ। They also crack jokes which lightens the mood. Mazak bhi karde ne, hasaunde bhi ne, positive influence hai na. They share their food during the lunch time break, de vich apna khana assi share karde ha. And these things create a lot of memories, de na cheezan de naal bahut sariyan yaadan bandiyan ne, dosti pakki hundi hai. Agla, we should be guided by dash influence of the peers. ਜੇ ਅਸੀਂ ਗਾਈਡੈਂਸ ਲੈਣੀ ਹੈ, ਕਿਸੇ ਰਸਤੇ ਪੈਣਾ ਹੈ, ਤਾਂ ਕਿਹੋ ਜਿਹਾ ਪ੍ਰਭਾਵ ਲੈਣਾ ਚਾਹੀਦਾ ਸਾਨੂੰ ਆਪਣੇ ਉੱਤੇ, ਗੁੱਡ ਵਨ ਜਾਂ ਬੈਡ ਵਨ? ਵੀ ਵਧੀਆ ਪ੍ਰਭਾਵ ਪਾਉਣਾ ਚਾਹੀਦਾ ਆਪਣੇ ਉੱਤੇ ਬਾਕੀ ਲੋਕਾਂ ਦਾ ਜਾਂ ਮਾੜਾ? ਦੇਖੋ ਮੈਂ ਲਿਖਿਆ, ਵੀ ਸ਼ੁੱਡ ਬੀ ਗਾਈਡਡ ਬਾਏ ਦ ਗੁੱਡ ਇਨਫਲੂਐਂਸ ਆਫ ਦ ਪੀਅਰ, ਜਿਹੜੇ ਚੰਗੇ ਹੁੰਦੇ ਨੇ। ਅਗਲਾ, ਸਪੋਜ਼ ਯੂ ਆਰ ਆਸਕਡ ਬਾਏ 4 ਕਲਾਸਮੇਟਸ ਨੋਟ ਟੂ ਅਟੈਂਡ ਦ ਕਲਾਸ। ਮੰਨ ਲਓ ਤੁਹਾਨੂੰ ਇਹ ਕਿਹਾ ਗਿਆ, ਤੁਹਾਡੇ 4 ਜਿਹੜੇ ਕਲਾਸ ਦੇ ਵਿੱਚ ਬੱਚੇ ਨੇ, ਵੀ ਅੱਜ ਕਲਾਸ ਨਹੀਂ ਲਾਣੀ, ਵਾਟ ਵੁੱਡ ਯੂ ਟੈਲ ਦੈਮ, ਤੇ ਤੁਸੀਂ ਉਹਨਾਂ ਨੂੰ ਕੀ ਕਹੋਗੇ? ਇੱਥੇ ਆਨਸਰ ਆ ਗਿਆ, ਆਈ ਵੁੱਡ ਬੀ ਡਾਇਰੈਕਟ ਐਂਡ ਸਟ੍ਰੇਟ ਫਾਰਵਰਡ ਔਨ ਵਾਟ ਆਈ ਐਕਸਪੈਕਟ ਫਰੋਮ ਦੈਮ ਐਂਡ ਵਾਟ ਆਈ ਡੋਂਟ। ਮੈਂ ਉਹਨਾਂ ਨੂੰ ਸਿੱਧੇ ਸਿੱਧੇ ਦੱਸ ਦਾਂਗੀ ਵੀ ਮੈਂ ਉਹਨਾਂ ਤੋਂ ਇਹ ਐਕਸਪੈਕਟ ਕਰਦੀ ਹਾਂ, ਉਮੀਦ ਕਰਦੀ ਹਾਂ, ਤੇ ਇਹ ਉਹਨਾਂ ਤੋਂ ਉਮੀਦ ਹੈ ਹੀ ਨਹੀਂ ਮੈਨੂੰ। ਇਫ ਦੇ ਟੈਲ ਮੀ ਟੂ ਬੰਕ ਕਲਾਸਿਸ, ਯੂ ਕੈਨ ਵੀ ਚੱਲ ਕਲਾਸ ਤੋਂ ਬੰਕ ਕਰੀਏ, I would politely tell them no. ਮੈਂ ਉਹਨਾਂ ਨੂੰ ਪਿਆਰ ਨਾਲ ਨਾ ਕਹਿ ਦਾਂਗੀ ਇਸ ਚੀਜ਼ ਦੇ ਲਈ। I would also make sure to advise and guide them to attend classes. ਤੇ ਮੈਂ ਉਹਨਾਂ ਨੂੰ ਐਡਵਾਈਸ ਕਰਾਂਗੀ, ਮੈਂ ਉਹਨਾਂ ਨੂੰ ਯਕੀਨਨ ਤੌਰ 'ਤੇ ਸਮਝਾਵਾਂਗੀ ਵੀ ਕਲਾਸਾਂ ਨੂੰ ਅਟੈਂਡ ਕਰਨਾ ਚਾਹੀਦਾ ਹੈ। As not attending the classes would be their personal loss. ਕਿਉਂਕਿ ਜੇ ਉਹ ਕਲਾਸ ਨਹੀਂ ਅਟੈਂਡ ਕਰਨਗੇ ਤਾਂ ਕਿਸੇ ਹੋਰ ਦਾ ਨੁਕਸਾਨ ਨਹੀਂ ਹੋਏਗਾ, ਉਹ ਆਪਣਾ ਆਪ ਨੁਕਸਾਨ ਕਰਨਗੇ, ਪੜ੍ਹਾਈ 'ਚ ਪਿੱਛੇ ਹੋ ਜਾਣਗੇ। ਅਗਲਾ, ਇਫ ਯੂ ਵਰ ਇਨ ਦ ਪਲੇਸ ਆਫ ਮਨਿੰਦਰ, ਜੇ ਤੁਸੀਂ ਮਨਿੰਦਰ ਦੀ ਥਾਂ 'ਤੇ ਹੁੰਦੇ, ਐਂਡ ਯੂਅਰ ਪੇਰੈਂਟਸ ਵਰ ਪੂਅਰ, ਅਤੇ ਤੁਹਾਡੇ ਮਾਪੇ ਗਰੀਬ ਹੁੰਦੇ, ਵਿਚ ਵਨ ਆਫ ਦ ਫੋਲੋਇੰਗ ਰੋਲ ਵੁੱਡ ਯੂ ਪ੍ਰੈਫਰ ਟੂ ਡੂ, ਤਾਂ ਤੁਸੀਂ ਇਹਨਾਂ ਵਿੱਚੋਂ ਕਿਹੜਾ ਰੋਲ ਪ੍ਰੈਫਰ ਕਰਦੇ ਵੀ ਤੁਸੀਂ ਪ੍ਰੋਜੈਕਟ ਕਰਦੇ? ਜਿਵੇਂ ਪਹਿਲਾ ਹੈ, I would prefer studying in school and become a senior officer. ਜੇ ਮੈਂ ਮਨਿੰਦਰ ਦੀ ਥਾਂ 'ਤੇ ਹੁੰਦੀ ਤਾਂ ਮੈਂ ਸਕੂਲ 'ਚ ਪਿੱਛੇ ਰੁਕ ਕੇ ਪੜ੍ਹਨ ਦੀ ਕੋਸ਼ਿਸ਼ ਕਰਦੀ ਅਤੇ ਇੱਕ ਵਧੀਆ ਆਫਿਸਰ ਬਣਦੀ। ਮੈਨੂੰ ਲੱਗਦਾ ਮੈਂ ਇਹੀ ਕਰਦੀ। ਕਿਉਂ ਇੱਦਾਂ ਕਰਦੀ? ਆਹ ਹੈਗਾ ਜਵਾਬ। ਇਫ ਆਈ ਵੁੱਡ ਹੈਵ ਬੀਨ ਇਨ ਮਨਿੰਦਰਸ ਪਲੇਸ, ਜੇ ਮੈਂ ਉਹਦੀ ਥਾਂ 'ਤੇ ਹੁੰਦੀ, ਆਈ ਵੁੱਡ ਹੈਵ ਸਟੇਡ ਇਨ ਦ ਸਕੂਲ ਐਂਡ ਸਟੱਡੀਡ ਹਾਰਡ, ਮੈਂ ਪਿੱਛੇ ਰੁਕ ਕੇ ਸਕੂਲ ਦੇ ਵਿੱਚ ਵਧੀਆ ਪੜ੍ਹਾਈ ਕਰਦੀ। ਆਈ ਵੁੱਡ ਹੈਵ ਵਰਕਡ ਵੈਰੀ ਹਾਰਡ and made my parents and my teachers proud. ਇੰਨਾ ਵਧੀਆ ਪੜ੍ਹਾਈ ਕਰਦੀ ਕਿ ਮੇਰੇ ਪੇਰੈਂਟਸ, ਮਾਪਿਆਂ ਨੂੰ ਤੇ ਮੇਰੇ ਅਧਿਆਪਕ ਨੂੰ ਮੇਰੇ ਤੇ ਮਾਣ ਹੁੰਦਾ। ਇਟ ਇਜ਼ ਇੰਪੋਰਟੈਂਟ ਟੂ ਕੀਪ ਅ ਗੋਲ ਐਂਡ ਸਟ੍ਰਾਈਵ ਟੂਵਰਡਸ ਬਿਕਮਿੰਗ ਅ ਬੈਟਰ ਪਰਸਨ ਈਚ ਡੇ। ਇਹ ਜ਼ਰੂਰੀ ਹੈਗਾ ਵੀ ਤੁਸੀਂ ਇੱਕ ਗੋਲ ਆਪਣਾ ਬਣਾਓ ਤੇ ਉਹਦੇ ਵੱਲ ਜਾਣ ਲਈ ਰੋਜ਼ ਮਿਹਨਤ ਕਰੋ। ਵੀ ਮਸਟ ਨਾਟ ਗੈਟ ਇਨ ਟੂ ਅ ਬੈਡ ਕੰਪਨੀ, ਸਾਨੂੰ ਮਾੜੀ ਸੰਗਤ 'ਚ ਨਹੀਂ ਪੈਣਾ ਚਾਹੀਦਾ। ਵੀ ਮਸਟ ਬੀ with good people and do good things, sanu change lokan de naal ral ke changiyan gallan karniyan chahidiyan ne. B part, I would prefer buying a bullet motorcycle or activa, je main maninder di thaan te hundi padhai chhad ke main kehndi mainu aa le do bullet motorcycle ya activa. Dekho a option galat hai ga, kyun galat hai ga?
वी मस्ट नॉट बी वेरी स्टबन, सानू जिद्दी होने की लोड़ नहीं है। बाइंग एन एक्टिवा इज नॉट द राइट डिसीजन, एक एक्टिवा खरीदना बुलेट खरीदना सही डिसीजन थोड़ी है। वी शुड अंडरस्टैंड आर पेरेंट्स, सानू अपने पेरेंट्स नू समझना चाहिए है, एंड नो दैट वट एवर दे टेल अस इज फॉर आवर ओन गुड। ते ए भी समझना चाहिए भी जो भी सानू समझाते ने साडे सही लई ही हुंदा है, साडा माड़ा नहीं चाहते हो। I would imitate my peers, भी मेरे नाल दे जो भी करते ने मैं उन्हां दी नकल करदा या करदी, नहीं एदा भी नहीं करदी। क्यों? Imitating and trying to be like our friends and colleagues is not always right. दूजिया दी नकल करना उदे वांग बनना ये सही थोड़ी है। It is like if they jump into the pit, you would do it too. एवें जिवें ओह छाल मार देन एक खाई दे विच तां तुसीं भी मार दोगे, नकल ही कर रहे हो, रीस ही कर रहे हो। We must take our own decisions and those decisions should be the right decisions. सानू अपने फैसले करने चाहिए ने ते सही फैसले करने चाहिए ने। We must be our own selves. ते जो भी है अपने आप ते गर्व रखो, जो भी तुसीं हैगे हो गर्व महसूस करो, ये थोड़ी है भी दूजिया की नकल लानी है। अगे चलते हैं। Complete the paragraph by filling in the blanks in your own words. A blanks jede ne inanu bharna hai apne words de vich, shuru karde ha. Navroop comes to school on a tricycle. Navroop ek tricycle te school aanda hai. Pushpinder brings his cycle te. Oda cycle kon leke aanda hai? Pushpinder odi madad karda hai. Navroop is studying till class 12 under the influence of his neighbor who supported him. वो अजे तक 12वीं तक पहुंच गया, पाए कह सकते हैं कि दे सहयोग ते मदद दे नाल अपने दोस्ती जिने ओदी मदद कीती। मनिंदर हैज मूव्ड इन द राइट डायरेक्शन ड्यू टू द इन्फ्लुएंस ऑफ हिज गुड फ्रेंड्स ऑफ हिज ग्रुप। ते मनिंदर जिहड़ा पढ़ाई विच थोड़ा जिहा वीक सी, ओ भी पढ़ाई च वधिया हो गया। क्यों? क्योंकि ओनू सही संगत मिली जिने ओनू प्रोत्साहित कीता, धक्का लाया भी हाँ हाँ आपां पढ़ना ही पढ़ना है, वधिया बनना है। I have also made up my mind that I will never give negative opinion to my group mates. ਵੀ ਮੈਂ ਵੀ ਹੁਣ ਫੈਸਲਾ ਕਰ ਰਿਹਾ, ਮੈਂ ਕੀ ਕਰ ਰਿਹਾ ਫੈਸਲਾ ਕਿ ਮੈਂ ਕਦੇ ਕਿਸੇ ਨੂੰ negative opinion ਨਹੀਂ ਦੇਣਾ, ਮਾੜੀ ਕੋਈ advice ਨਹੀਂ ਦੇਣੀ, but will give them full support to be good. ਤੇ ਮੈਂ ਉਹਨਾਂ ਨੂੰ ਪੂਰੀ support ਕਰਾਂਗਾ ਆਪਣੇ ਦੋਸਤਾਂ ਨੂੰ ਵੀ ਉਹ ਵੀ ਵਧੀਆ ਕੰਮ ਕਰਨ, ਮੈਂ ਵੀ ਵਧੀਆ ਕੰਮ ਕਰਾਂ, ਤੇ ਮੈਂ ਇੱਕ ਵਧੀਆ ਸੰਗਤ ਦਾ example ਬਣਾ, ਉਦਾਹਰਨ ਬਣਾ। We will work together in our class and in our group. ਵੀ ਅਸੀਂ ਆਪਣੇ group ਦੇ ਵਿੱਚ ਵੀ ਇਕੱਠੇ ਕੰਮ ਕਰਾਂਗੇ ਤੇ class ਦੇ ਵਿੱਚ ਵੀ ਇਕੱਠੇ ਕੰਮ ਕਰਾਂਗੇ। In the above activities, the characters of the role play, Maninder, Navroop, Pushpinder and a group of their other classmates have tried to inspire every sort of group to have a positive influence on others through mutual cooperation and meaningful leadership. ਇਸ ਰੋਲ ਪਲੇ ਦੇ ਵਿੱਚ ਕੌਣ ਕੌਣ ਸੀ? ਮਨਿੰਦਰ ਸੀ, ਨਵਰੂਪ ਸੀ, ਪੁਸ਼ਪਿੰਦਰ ਸੀ ਤੇ ਕਲਾਸ ਦੇ ਜਿੰਨੇ ਬੱਚੇ ਸੀ, ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਵੀ ਅਸੀਂ ਜਿਹੜੇ ਬਾਕੀ ਬੱਚੇ ਨੇ ਉਹਨਾਂ 'ਤੇ ਇੱਕ ਪੋਜ਼ਿਟਿਵ ਵਧੀਆ ਇੰਪੈਕਟ ਛੱਡੀਏ, ਅਸਰ ਛੱਡੀਏ, ਕਿ ਉਹ ਵੀ ਆਪਸ ਦੇ ਵਿੱਚ ਸਹਿਯੋਗ ਨਾਲ ਰਹਿਣ ਅਤੇ ਇੱਕ ਮੀਨਿੰਗਫੁੱਲ ਵਧੀਆ ਲੀਡਰਸ਼ਿਪ ਕਿਹੋ ਜਿਹੀ ਹੁੰਦੀ ਹੈ ਜਿਹਦੇ 'ਤੇ ਆਪਾਂ ਭਰੋਸਾ ਕਰ ਸਕਦੇ ਹਾਂ, ਉਹ ਕਿੰਨੀ ਜ਼ਰੂਰੀ ਹੈ। Led by the concerned teacher, ਤੇ ਜਿਹੜੇ ਟੀਚਰ ਸੀ ਜਿਹੜੇ ਉਹਨਾਂ ਨੂੰ ਸਮਝਾ ਰਹੇ ਸੀ, ਰਾਹ ਦਿਖਾ ਰਹੇ ਸੀ, the students will fulfill the purpose of this activity by putting this inspiration into practice in their practical life. ਤੇ ਜਿਹੜੇ ਟੀਚਰ ਨੇ ਜੋ ਉਹਨਾਂ ਦੀ ਅਗਵਾਈ ਕਰ ਰਹੇ ਸੀ, ਉਹ ਇਹ ਬੱਚਿਆਂ ਨੂੰ ਵੀ ਸਮਝਾਉਂਦੇ ਨੇ ਵੀ ਅਸੀਂ ਇਸ ਕਹਾਣੀ ਤੋਂ, ਇਸ ਰੋਲ ਪਲੇ ਤੋਂ ਇੰਸਪਾਇਰ ਹੋਣਾ ਤੇ ਜੋ ਗੱਲਾਂ ਅਸੀਂ ਸਿੱਖੀਆਂ ਨੇ ਉਹ ਅਸੀਂ ਆਪਣੀ ਆਮ ਜ਼ਿੰਦਗੀ 'ਤੇ ਵੀ ਲਾਗੂ ਕਰਾਂਗੇ। ਤੇ ਇਹ ਸੀ ਬੇਟਾ ਅੱਜ ਦੀ ਕਲਾਸ, ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਚੈਪਟਰ ਅਤੇ ਗੱਲਾਂ ਸਮਝ ਆ ਗਈਆਂ ਹੋਣਗੀਆਂ। ਜੇ ਕਲਾਸ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।